लर्न पंजाबी विद जगजीत सर। इस चैनल विच आप सब दा एक बार फिर स्वागत है। इस तो पहला वीडियो आप जी देखो, मैं आपको बेनती करता हाँ कि नवी वीडियो समय सिर प्राप्त करने लिए साढ़े चैनल नूं सबसक्राइब करो, नाल ही बैल आइकॉन के बटन नूं दबाओ। जेकर वीडियो आपको पसंद आए तो लाइक करो, तो इस वीडियो नूं होरां नाल वध तो वध शेयर करो। लर्न पंजाबी विद जगजीत सर, इस चैनल पर आप सारे विद्यार्थियों का दर्शकों का स्वागत है। अज असी जो बच्चे पंजाब स्कूल सिक्ख्या बोर्ड की दसवीं जमात पढ़ रहे हैं और उन्होंने जो दो किताबा ने पूरी पुस्तक कहानियों वाली भी पूरी हो चुकी है, कविताओं वाली भी पूरी हो चुकी है। अज असी गल कर रहे हैं पुस्तक है एक होर नवा साल, जिहड़ा कि एक नावल है और नरिंजन सिंह तसनीम का लिखा हुआ है, जिस विच उन्होंने एक गरीब बंदे दे नवे साल के बारे जिक्र किया है। वो गरीब बंदे की कहानी की है, उस गरीब बंदे दे अपने जीवन बारे और दुनिया बारे की रवैया है, उसनों कितों कितों नवे साल दी खुशियां प्राप्त होने की आस है, यह जी सारी गल असी इस दे सारे कथानक बारे गल करांगे। इस तो पहले मैं दसना चाहना कि यह जो नावल है इस दे बारे तुहानू कथानक पता, यानी स्टोरी पता होनी चाहिए है। जो असी स्टोरी की गल करते हैं तो यदि स्टोरी इस तरह की है बे निक्के निक्कियां घटनावां नू इन्ना ज़्यादा विशाल करके दस्या गया, यानी बहुत ज़्यादा घटनावां नू इस विच समेटिया गया है। बहुत ज़्यादा जिन्नियां सवारियां एक रिक्शे वाले दे रिक्शे विच बैठ दी उन्हां सारियां बारे कुछ ना कुछ दस्या है। इस करके तुहानू इह आखिर विच जदों पढ़दिआं पढ़दिआं पता लगेगा बे असीं इन्नियां घटनावां नू चेते नहीं रख सकते। इस करके असीं थोड़ियां जिहियां घटनावां नू मन च रखांगे, ज़ेहन विच रखांगे, ਤਾਂ ਕਿ ਸਾਨੂੰ ਉਸਦਾ ਥੀਮ ਬਣਾਉਣ ਵਿੱਚ, ਵਿਸ਼ਾ ਵਸਤੂ ਬਣਾਉਣ ਜਾਂ ਕਥਾਨਕ ਬਣਾਉਣ ਵਿੱਚ ਕੋਈ ਖੇਚਲ ਜਾਂ ਦਿੱਕਤ ਨਾ ਆਵੇ। ਲਓ ਜੀ ਅਸੀਂ ਹੁਣ ਇਸਦੇ ਭਾਗਾਂ ਬਾਰੇ ਗੱਲ ਕਰਦੇ ਹਾਂ। ਜਿਹੜਾ ਇੱਕ ਹੋਰ ਨਵਾਂ ਸਾਲ ਨਾਵਲ ਹੈ ਨਿਰੰਜਨ ਤਸਨੀਮ ਦਾ ਲਿਖਿਆ ਹੈ, ਇਹਦਾ ਜਿਹੜਾ ਸਮਾਂ ਹੈ ਨਾ ਉਹ ਇੱਕ ਦਿਨ 'ਚ ਹੀ ਸਿਮਟਿਆ, ਕਿਉਂਕਿ ਇਹ ਸਾਲ ਦਾ ਪਹਿਲਾ ਦਿਨ ਹੈ, ਇੱਕ ਜਨਵਰੀ ਦਾ ਦਿਨ ਹੈ। ਇੱਕ ਜਨਵਰੀ ਦੇ ਦਿਨ ਉਹ ਜਿਹੜਾ ਰਿਕਸ਼ਾ ਚਾਲਕ ਹੈ, ਰਿਕਸ਼ੇ ਵਾਲਾ ਬੰਤਾ ਹੈ, ਬੰਤਾ ਸਵੇਰ ਤੋਂ ਰਾਤ ਤੱਕ ਰਿਕਸ਼ਾ ਚਲਾਉਂਦਾ ਹੈ। ਉਸਨੂੰ ਸਵੇਰੇ 6 ਵਜੇ ਉਸਨੇ ਨਿਕਲਣਾ ਹੈ, ਕਿਉਂਕਿ ਉਸਨੇ 6 ਵਜੇ ਦੀ ਕਾਲਕਾ ਮੇਲ ਤੋਂ ਸਵਾਰੀਆਂ ਫੜਨੀਆਂ ਨੇ। ਰਿਕਸ਼ੇ ਵਾਲਾ ਹੈ, ਗਰੀਬ ਰਿਕਸ਼ੇ ਵਾਲਾ ਹੈ। ਉਸ ਤੋਂ ਬਾਅਦ ਦੁਪਹਿਰ ਉਹਦੇ ਨਾਲ ਕਿਹੜੀਆਂ ਕਿਹੜੀਆਂ ਸਵਾਰੀਆਂ ਉਸਨੂੰ ਮਿਲਦੀਆਂ ਨੇ ਔਰ ਸ਼ਾਮ ਨੂੰ ਕਿਸ ਕਿਸ ਤਰ੍ਹਾਂ ਦੀਆਂ ਸਵਾਰੀਆਂ ਮਿਲਦੀਆਂ। ਜਦੋਂ ਨਾਟਕ ਤੁਰਨਾ ਸ਼ੁਰੂ ਹੁੰਦਾ ਹੈ ਸਾਨੂੰ ਪਤਾ ਲੱਗਦਾ ਹੈ ਕਿ ਜੋ ਬੰਤਾ ਸਿੰਘ ਹੈ ਉਸਦਾ ਇੱਕ ਛੋਟਾ ਜਿਹਾ ਪਰਿਵਾਰ ਹੈ। ਬੰਤੇ ਦੀ ਘਰਵਾਲੀ ਹੈ ਤਾਰੋ, ਬੰਤੇ ਦੀ ਜਿਹੜੀ ਉਮਰ ਹੈ ਉਹ 30-35 ਸਾਲ ਹੈ। ਉਸਦੀਆਂ ਦੋ ਕੁੜੀਆਂ ਨੇ, ਇੱਕ ਮੁੰਡਾ ਜਿਸ ਨਾਮ ਫੁੰਮਣ ਹੈ ਔਰ ਜਿਹੜੀ ਉਸਦੀ ਘਰਵਾਲੀ ਤਾਰੋ ਹੈ ਉਹ ਹਮੇਸ਼ਾ ਉਦਾਸ ਅਤੇ ਚੁੱਪ ਹੈ। ਇਸ ਉਦਾਸੀ ਅਤੇ ਚੁੱਪੀ ਦਾ ਕਾਰਨ ਕੀ ਹੈ ਇਸ ਨੂੰ ਅਸੀਂ ਫਿਰ ਫੋਲਾਂਗੇ ਇਸ ਨਾਵਲ ਦੇ ਵਿਚਕਾਰ ਫੋਲਾਂਗੇ, ਜਾਂ ਫਿਰ ਜਦੋਂ ਅਸੀਂ ਤਾਰੋ ਦਾ ਚਰਿੱਤਰ ਚਿਤਰਨ ਕਰਾਂਗੇ ਤਾਂ ਅਸੀਂ ਇਸ ਗੱਲ ਦੀ ਜਿਹੜੀ ਹੈ ਨਾ ਹੋਰ ਵਿਸਤਾਰ ਕਰਾਂਗੇ ਕਿ ਤਾਰੋ ਕੌਣ ਹੈ, ਉਹ ਕਿਉਂ ਉਦਾਸ ਹੈ। ਹੁਣ ਅਸੀਂ ਸਾਨੂੰ ਇਹ ਪਤਾ ਲੱਗਦਾ ਹੈ ਵੀ ਸਵੇਰ ਦੇ 5 ਵਜੇ ਨੇ ਔਰ ਬੰਤਾ ਸਿੰਘ ਸਵੇਰੇ ਸਵੇਰੇ ਰਿਕਸ਼ਾ ਲੈ ਕੇ ਜਾਣ ਦੀ ਤਿਆਰੀ, ਕਿਉਂਕਿ ਬਹੁਤ ਮਿਹਨਤੀ ਹੈ, 30-35 ਸਾਲ ਦਾ ਇੱਕ ਬਹੁਤ ਹਿੰਮਤੀ ਮੁੰਡਾ ਹੈ ਔਰ ਰਿਕਸ਼ਾ ਚਲਾ ਕੇ ਗੁਜ਼ਾਰਾ ਕਰਦਾ। ਉਸ ਦੇ ਉੱਤੇ ਉਸਦੇ ਘਰ ਵਾਲੇ ਦੀਆਂ ਬੜੀਆਂ ਜ਼ਿੰਮੇਦਾਰੀਆਂ ਨੇ। ਉਹ ਘਰ ਦੇ ਸਾਰੇ ਘਟਨਾਕ੍ਰਮ ਦੇ ਵਿੱਚ ਫਸਿਆ ਹੋਇਆ, ਕਿਉਂਕਿ ਉਸਦੇ ਬੱਚੇ ਨੇ ਛੋਟੇ ਨੇ ਬਿਮਾਰ ਰਹਿੰਦੇ ਨੇ, ਫੁੰਮਣ ਹੈ, ਉਸਦੀ ਪੜ੍ਹਾਈ ਚੰਗੀ ਤਰ੍ਹਾਂ ਨਹੀਂ ਹੁੰਦੀ, ਜਿਹੜੀ ਘਰ ਵਾਲੀ ਤਾਰੋ ਹੈ ਉਹ ਅਕਸਰ ਬਿਮਾਰ ਰਹਿੰਦੀ ਹੈ, ਉਦਾਸ ਔਰ ਚੁੱਪ ਰਹਿੰਦੀ ਹੈ। ਉਦਾਸ ਔਰ ਚੁੱਪ ਇਸ ਕਰਕੇ ਰਹਿੰਦੀ ਹੈ ਕਿਉਂਕਿ ਉਸ ਦੀ ਆਪਣੀ ਸੱਸ ਨਾਲ ਨਹੀਂ, ਬੰਤੇ ਦੀ ਮਾਂ ਨਾਲ ਨਹੀਂ ਬਣਦੀ। ਇਸ ਕਰਕੇ ਨਹੀਂ ਬਣਦੀ ਕਿਉਂਕਿ ਬੰਤੇ ਦੀ ਮਾਂ ਨੇ ਤਾਰੋ ਨੂੰ ਧੋਖਾ ਦਿੱਤਾ ਹੈ। ਕਿਸ ਤਰ੍ਹਾਂ ਧੋਖਾ ਦਿੱਤਾ ਹੈ, ਨਾਟਕ ਅਸੀਂ ਅੱਗੇ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ। ਜਦੋਂ ਨਵੀਂ ਵਿਆਹੀ ਆਈ ਸੀ ਸਭ ਤੋਂ ਸੋਹਣੀ ਸੀ ਉਸੇ ਆਪਣੇ ਪਰਿਵਾਰ ਵਿੱਚ ਅਤੇ ਸਾਰੇ ਉਸ 'ਤੇ ਮਾਣ ਕਰਦੇ ਸੀ। ਜਿਹੜਾ ਉਸਦਾ ਪੇਟੀ ਸੀ, ਜਿਹੜਾ ਸੰਦੂਕ ਜਿਹਦੇ ਵਿੱਚ ਉਸਦੇ ਸਾਰਾ ਦਾਜ ਆਇਆ ਸੀ, ਉਸਦੀ ਸੱਸ ਨੇ ਉਹ ਸਾਰਾ ਦਾਜ ਕੱਢ ਕੇ ਆਪਣੀਆਂ ਕੁੜੀਆਂ ਨੂੰ ਦੇ ਦਿੱਤਾ। ਇਸ ਛੋਟੀ ਜਿਹੀ ਗੱਲ ਨੂੰ, ਇਸ ਦਾਜ ਦੇ ਰੁਲਣ ਪੁੱਲਣ ਵਾਲੀ ਗੱਲ ਨੂੰ ਉਸ ਤਾਰੋ ਨੇ ਆਪਣੇ ਮਨ 'ਤੇ, ਆਪਣੇ ਦਿਮਾਗ 'ਤੇ ਬਿਠਾ ਲਿਆ। ਉਹ ਜਿਹੜਾ ਛੱਪਾ, ਉਹ ਜਿਹੜਾ ਨਿਸ਼ਾਨ ਹੈ ਆਪਣੇ ਨਾਲ ਧੋਖਾ ਹੋਣ ਦਾ, ਉਹਦੇ ਅੰਦਰ ਘੁਲਦਾ ਰਹਿੰਦਾ ਹੈ। ਉਸ ਘੁਲਦੇ ਹੋਏ ਗਮ ਨੂੰ ਉਹਦੀ ਜ਼ਿੰਦਗੀ ਦੇ ਸਿਹਤ 'ਤੇ ਫਰਕ ਪੈਂਦਾ, ਉਹਦੇ ਪਰਿਵਾਰ 'ਤੇ, ਬੰਤੇ ਦੇ ਤਾਰੋ ਦੇ ਆਪਸੀ ਰਿਸ਼ਤਿਆਂ 'ਤੇ ਫਰਕ ਪੈਂਦਾ। ਹੁਣ ਇਸ ਨਵੇਂ ਸਾਲ, ਅੱਜ ਦੀ ਜਿਹੜਾ 1 ਜਨਵਰੀ ਹੈ, 1 ਜਨਵਰੀ ਹੈ, ਇਸ ਵਿੱਚ ਜਦੋਂ ਵੀ ਤਾਰਾ, ਜਦੋਂ ਵੀ ਬੰਤਾ ਕਿਸੇ ਵੀ ਸਵਾਰੀ ਨੂੰ ਮਿਲਦਾ, ਉਹਦੀਆਂ ਗੱਲਾਂ ਕਰਦਾ, ਉਹਦੀਆਂ ਗੱਲਾਂ ਸੁਣਦਾ, ਅਤੇ ਉਹਨੂੰ ਲੱਗਦਾ ਹੈ ਕਿ ਮੇਰੇ, ਉਹ ਹਰ ਚੀਜ਼ ਨੂੰ ਆਪਣੇ ਘਰ ਨਾਲ ਜਿਹੜਾ ਮੇਚ ਕੇ, ਯਾਨੀ ਘਰ ਨਾਲ ਰਿਲੇਟ ਕਰਕੇ ਦੇਖਦਾ। ਜਦੋਂ ਕੋਈ ਸਵਾਰੀਆਂ ਗੱਲ ਕਰਦੀਆਂ ਉਸਨੂੰ ਆਪਣੀ ਘਰ ਵਾਲੀ ਤਾਰੋ ਦੀ ਯਾਦ ਆਉਂਦੀ ਹੈ, ਆਪਣੇ ਜਿਹੜੇ ਪੁਰਾਣੇ ਛੋਟੇ ਜਿਹੇ ਘਰ ਦੀ ਯਾਦ ਆਉਂਦੀ ਹੈ, ਆਪਣੀਆਂ ਕੁੜੀਆਂ ਦੀ ਬਿਮਾਰੀ ਦੀ ਯਾਦ ਆਉਂਦੀ ਹੈ, ਜਾਂ ਫਿਰ ਆਪਣੇ ਮੁੰਡੇ ਫੁੰਮਣ ਦੇ ਜਿਹੜੇ ਉਹ ਜੀਵਨ ਬਾਰੇ ਉਹ ਸੋਚਦਾ। ਯਾਨੀ ਹਰ ਘਟਨਾ ਨੂੰ, ਹਰ ਗੱਲ ਨੂੰ ਉਹ ਆਪਣੇ ਪਰਿਵਾਰ 'ਤੇ ਲਿਆ ਕੇ ਟੁੱਕਦਾ ਹੈ। ਅਤੇ ਇੰਨਾ ਗਰੀਬ ਹੈ, ਇੰਨਾ ਸਟਰਗਲ ਕਰ ਰਿਹਾ ਵੀ 2-2 ਪੈਸੇ ਲਈ, 50-50 ਪੈਸੇ, ਰੁਪਈਏ ਰੁਪਈਏ ਦੀਆਂ ਸਵਾਰੀਆਂ ਫੜਦਾ। ਇਸ ਦੇ ਬਾਵਜੂਦ
अपने आप में बड़ा खुशकिस्मत समझता है क्योंकि उन्हें बंदे जी जून मिली है। उसने भी एक आशावादी बंदा है बंदा कि वह कहता है कि मेरी जिंदगी के दो कट्ट वाले ने, मेरा मुंडा व्डा है, मुंडा बड़ा छोटा है जे, परंतु उन्होंने लगता है मेरा मुंडा व्डा होएगा तो मेरे जीवन के कलेष कट्टे जाएंगे, परंतु जी तारो है हमेशा उदास रहती है, उस बंते नाल भी चंगी तरह बोलते नहीं। हाँ, उसनों बंते की कमाई जो मिलती है तो बड़ी थोड़ी जी चेहरे पर मुस्कुराहट आती है भी घर का गुजारा ठीक ठीक चलता रहे, अपने शरीर वाल ध्यान नहीं दिंदी और अपनी जिहड़ा ना परिवार दे विच रुझी रहिंदी है बच्चे पालन विच। इस तरह बड़ा उदास जिहा जो वातावरण है इस नावल का। असी गल फिर शुरू करते हैं। बंता अमृतसर रहने वाला है, 30-35 साल उसकी उम्र है, हुण उह सवेरे 5 बजे उठ चुका है। उसने सवेरे 5 बजे की कालका मेल तो सवारियां चुकने, उसनों बड़ी आस है, मेहनती है, परिवार का गुजारा चलाना, इस करके सवेरे नेरे ही ओ। और अगली गल है भी यह सख्त ठंड है, इस टाइम 1 जनवरी नूं बहुत ठंड है और धुंध पै रही है। उसके कोल लैण नूं कंबल ही है और उसके हाथ भी रिक्शा चलांदिआं ठरदे है, घर लिए कमाई करनी है, इस करके उस वक्त सवेरे 5 बजे उठ के निकल जाता है 6 बजे वाली कालका मिल दियाँ सवारियाँ चक्कर। फिर उसनू पहली गल आती है कि उन्हें बैड टी चाहिए क्योंकि नवा दिन है ना, पिछली रात उसने कुछ शराबी और मस्त बंदियां को सुनया भी सवेरे नवा साल चढ़ना, नवा साल गरीब बंदे लिए नवा साल कुछ नहीं है, बस एक होर नवा साल चढ़ गया कैलेंडर के तौर पर, उसके दुखों उसे तकलीफों में कोई फर्क नहीं आया। हुण उह सोचदा कि यह नवा साल खास तरीके शुरू किया जाए। वो अपनी घरवाली तारो तो उसनों जगा के उस को बैड टी की मंग करता है, पर वह नहीं उठती, वह बिना चाह पीते ही अपना रिक्शा लेके चल पैंदा है। इस तो पता लगता है कि उसनों अपना यह नवा दिन, एक होर नवा साल, 1 जनवरी का दिन जो चंगी तरह और वक्रे तरीके मनाने की जो सोच है उस विच जो तारो है उसनों पूरा नहीं होने दी, बिना बैड टी पीते ही वह घरों निकल जाता है। पहली बार उसनों एक सरदार जी मिलते हैं, सरदार जी पढ़े लिखे ने और बड़े सूटेड बूटे ने, कोट पाया होया है, सवेरे 5 बजे उसनों मिलते हैं। पता लगता है सरदार जी तो गल्लां करते करते कि वह बीए पास ने, टाइपिंग जानते हैं और चंगी नौकरी की आस में चंडीगढ़ गए से, उत्थों नौकरी में सफलता नहीं मिली तो वापस आ गए ने, बड़े उदास ने। हुण क्योंकि सर्दी ज़्यादा है, 1 जनवरी है, अपने कोट की कालर नालों जी है ठंड तो बचने की कोशिश करते हैं, जो तो अपने कालर उत्ते करके अपने गले को कज्जन की ठंड तो बचने की कोशिश करते हैं। इस समय जो बनता है अपने आप बड़े भागों वाला समझता है कि उस को एक पुराना जोड़ा है ना वो कंबल है, तो अपने आप में सरदार जी जो पढ़े लिखे ने नौकरी की तलाश में ने, बंते को अपनी नौकरी यानी खुद का रिक्शा है तो उस को अपना कंबल है, इस गलते वो अपने आप बड़ा भागशाली समझता है, खुशकिस्मत समझता है। हुण जो भी गल चलती है उन्हें अपनी याद आ जाती है, उन्होंने याद आता है कि वह 5वीं फेल है, इस करके और चौथी पास है, हुण चौथी पास नहीं कहाउंदा क्योंकि 5वीं पास होना एक फखर की गल, 5वीं फेल होना चौथी पास होने वाले एक फखर की गल है, इस करके वो अपने आप नूं 5वीं फेल मनता है। वो फिर अपने बचपन बारे याद करता है, वह पिता से तो वह करजाई से, उन्हें इन्ना करजा चक लिया कि जोड़ा करजा से ना वो फिर बंते दे सिर आ गया। बंते ने अपने प्यो का करजा चुकाने लिए खेत की मजदूरी की खेत में, परंतु उन्होंने सरदारा के मुंडे नाल बहस होने करके झगड़ा हो जाने करके वो उस खेत मजदूरी छड़ के शहर आ गया, शहर च उसने चपड़ासी की नौकरी की, तो इस तरह फिर वो जी स्टोरी फिर वापस प्रेजेंट यानी रिक्शे पर आ जाती है। चपड़ासी की नौकरी की, उत्थे भी वो जरा ना वह सफल नहीं हो पाया, तो उसने फिर रिक्शा चलाना शुरू, जो उसने रिक्शा चलाना शुरू किया उसकी अजे मुछ भी नहीं फुटी सी, यदा मतलब वो जवानी के शुरू च ही इस मेहनत वाले काम में लग गया सी। फिर सीन पलटद, सरदार जी मिलते हैं की याद करता है, फिर बाद पता लगता है कि एक 8 आने पहले सरदार जी को 1 रुपया मिलया, फिर अगे एक पति पत्नी उसके रिक्शे यानी कालका मेल जा तो पहले पति पत्नी है नहीं, उसका जो पहला दिन है ना 1 जनवरी बड़ा चंगा है क्योंकि उसने 1 रुपया मिल गया और उसने सूरज चढ़न तो पहले 1.5 रुपए की कमाई कर ली, इस करके वो बड़ा खुश है, अपने आपू खुशकिस्मत समझता है। पति पत्नी उसके रिक्शे से चढ़ते हैं और वो आपस में देश की गरीबी बारे चर्चा करते हैं और यह गल करते हैं कि हुण देश में खुशहाली आने वाली है, समा बदलन वाला है, तो इस तरह उन्होंने लगता है कि हाँ शायद मेरा समा भी बदलन वाला है, जो मेरे घर की गरीबी है, जो मेरे घर के बच्चों की बीमारी है, उस विच यह जो नवा साल चढ़ रहा है, जो मेरी मेहनत है, रिक्शे की कमाई है, उससे जरूर देश में खुशहाली आएगी और उस खुशहाली मैं भी माण सकाँगा। फिर थोड़ी देर बाद उसकी रिक्शे एक सोहनी कुड़ी चढ़ी है,
ਤੇ ਸੋਹਣੀ ਕੁੜੀ ਨੇ ਦਸਤਾ ਜਿਹੜੇ ਉਹ ਸਿਤਾਰ ਫੜੀ ਹੋਈ ਹੈ ਤੇ ਉਸ ਨੂੰ ਜਿਹੜਾ ਨਾ ਯਾਦ ਆਉਂਦਾ ਜਿਹੜੀ ਕੁੜੀ ਹੈ ਨਾ ਪਹਿਲੇ ਵੀ ਮੇਰੇ ਰਿਕਸ਼ੇ ਤੇ ਬੈਠ ਚੁੱਕੀ ਹੈ, ਉਸਨੂੰ ਪੁੱਛ ਹੀ ਲੈਂਦਾ, ਉਹ ਦੱਸਦੀ ਹਾਂ ਤੇ ਉਹਨੂੰ ਪਤਾ ਲੱਗਦਾ ਕਿ ਹੈ ਨਾ ਅੱਜ ਰਿਕਾਰਡਿੰਗ ਤੇ ਜਾ ਰਹੀ ਹੈ, ਰੇਡੀਓ ਸਟੇਸ਼ਨ ਤੇ ਇਸਦੀ ਇੱਕ ਰਿਕਾਰਡਿੰਗ ਹੈ ਤੇ ਦੋ ਫਿਰ ਉਸਨੂੰ ਫਿਰ ਦੁਬਾਰਾ ਪਿਛਲੀ ਯਾਦ ਆਉਂਦੀ ਹੈ ਵੀ ਉਸਦੇ ਕੁੜੀ ਜਦੋਂ ਸੋਹਣੀ ਦੇਖਦਾ ਉਹ ਲੱਗਦਾ ਬੈਠੀ ਰਹੇ ਰਸਤਾ ਲੰਮਾ ਹੋ ਜਾਵੇ ਪਰ ਰਸਤਾ ਲੰਮਾ ਨਹੀਂ ਛੇਤੀ ਮੁੱਕ ਜਾਂਦਾ। ਫਿਰ ਉਸਨੂੰ ਯਾਦ ਆਉਂਦਾ ਪਿਛਲੇ ਸਾਲ ਉਸਨੇ ਇੱਕ ਦੋ ਕੁੜੀਆਂ ਲਈ ਰਿਕਸ਼ਾ ਮਹੀਨੇ 'ਤੇ ਵੱਧਾ ਹੋਇਆ ਸੀ, ਮਹੀਨੇ ਬਾਅਦ ਉਸਨੂੰ ਉਸ ਤੋਂ ਤਨਖਾਹ ਯਾਨੀ ਪੈਸੇ ਮਿਲਦੇ ਸੀ ਅਤੇ ਉਹ ਦੋਹਾਂ ਕੁੜੀ ਨੂੰ ਲੈ ਕੇ ਜਾਂਦੇ ਸੀ। ਇੱਕ ਵਾਰੀ ਜੋ ਮੰਚਲੇ ਅਵਾਰਾ ਮੁੰਡੇ ਨੇ ਛੇੜਛਾੜ ਕੀਤੀ, ਅਣਖੀ ਬੰਤੇ ਨੇ ਉਹਨਾਂ ਦਾ ਪਿੱਛਾ ਕੀਤਾ, ਇੱਕ ਮੁੰਡੇ ਨੂੰ ਫੜਿਆ, ਉਹ ਮੁੰਡਾ ਭੱਜ ਗਿਆ, ਦੂਜੇ ਨੇ ਉਸਦੀ ਗਰਦਨ 'ਤੇ ਧੱਫਾ ਮਾਰਿਆ ਬੰਤੇ ਦੀ, ਅਤੇ ਆਖਰ ਕੁੜੀਆਂ ਨੇ ਬੰਤੇ ਨਾਲ ਨਾਰਾਜ਼ਗੀ ਦਿਖਾਈ ਕਿ ਉਸਨੇ ਤਮਾਸ਼ਾ ਸਰੇਆਮ ਕਿਉਂ ਕੀਤਾ। ਅਗਲੇ ਦਿਨ ਤੋਂ ਕੁੜੀਆਂ ਉਸਦੇ ਰਿਕਸ਼ੇ 'ਤੇ ਆਉਣੋ ਹੀ ਹਟ ਗਈਆਂ, ਯਾਨੀ ਜਿਹੜਾ ਬੰਤਾ ਹੈ ਉਹ ਚੰਗਾ ਭਲਾ ਬੰਤਾ ਹੈ, ਯਾਨੀ ਉਹ ਚੰਗਾ ਭਲਾ ਬੰਦਾ ਹੈ, ਉਹ ਅਣਖੀ ਹੈ, ਕਿਸੇ ਇੱਜ਼ਤ ਪੱਤ ਦੀ ਰਾਖੀ ਕਰਨ ਵਾਲਾ ਹੈ, ਪਰੰਤੂ ਜੋ ਕੁੜੀਆਂ ਉਸ ਵਿੱਚ ਬੈਠੀਆਂ ਉਸ ਨੂੰ ਇਹ ਹਰਕਤ ਪਸੰਦ ਨਹੀਂ ਕਰਦੀਆਂ, ਉਸਦੇ ਰਿਕਸ਼ੇ ਨੂੰ ਛੱਡ ਦਿੰਦੀਆਂ। ਅਤੇ ਇਹ ਪਤਾ ਲੱਗਦਾ ਨਵੇਂ ਸਾਲ ਦਾ ਪਤਾ ਉਸਨੂੰ ਸ਼ਰਾਬੀਆਂ ਕੋਲੋਂ ਲੱਗਾ ਜਿਹੜੇ ਦੱਸਦੇ ਸੀ ਕਿ ਅੱਜ ਸ਼ਹਿਰ ਵਿੱਚ ਨਵਾਂ ਸਾਲ ਚੜ੍ਹਨ ਵਾਲਾ, ਅੰਮ੍ਰਿਤਸਰ ਸ਼ਹਿਰ ਵਿੱਚ ਜਿਹੜੇ ਨਾ ਉਹ ਬਾਜ਼ਾਰ ਸੱਜੇ ਹੋਏ ਨੇ, ਲੋਕ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਨੇ, ਪਰ ਗਰੀਬ ਦੇ ਜੀਵਨ ਵਿੱਚ ਇੱਕ ਹੋਰ ਨਵਾਂ ਸਾਲ ਚੜ੍ਹਿਆ, ਪਰ ਕਿਸ ਤਰ੍ਹਾਂ ਚੜ੍ਹਿਆ, ਉਸੇ ਪ੍ਰਕਾਰ ਦੀ ਗਰੀਬੀ ਨੂੰ ਲੈ ਕੇ, ਉਸੇ ਪ੍ਰਕਾਰ ਦੇ ਝੰਝਟਾਂ ਨੂੰ ਲੈ ਕੇ, ਉਸੇ ਪ੍ਰਕਾਰ ਦੀ ਖਿੱਚਤਾਣ ਆਪਸੀ ਨਾਰਾਜ਼ਗੀ ਨੂੰ ਲੈ ਕੇ ਇੱਕ ਹੋਰ ਨਵਾਂ ਸਾਲ ਚੜ੍ਹਿਆ। ਇਸਦਾ ਮਤਲਬ ਗਰੀਬ ਬੰਦੇ ਆਮ ਬੰਦੇ ਦੀ ਜ਼ਿੰਦਗੀ ਵਿੱਚ ਕੈਲੰਡਰ ਚੇਂਜ ਹੋਇਆ, ਪਰੰਤੂ ਸਥਿਤੀਆਂ ਪਰਿਸਥਿਤੀਆਂ ਸਰਕਮਸਟੈਂਸਿਸ ਬਿਲਕੁਲ ਚੇਂਜ ਨਹੀਂ ਹੋਏ। ਫਿਰ ਅਸੀਂ ਅੱਗੇ ਦੇਖਦੇ ਹਾਂ ਵੀ ਨਵੇਂ ਸਾਲ ਨੂੰ ਘਰੋਂ ਉਹ ਚਾਹ ਪੀ ਕੇ ਨਹੀਂ ਆਇਆ, ਹੁਣ ਇੱਥੇ ਵੀ ਉਹ ਕੀ ਕਰਦਾ ਸੀ, ਚਾਹ ਪੀਂਦਾ ਸੀ, ਬਿਸਕਿਟ ਖਾਂਦਾ ਸੀ, ਹੁਣ ਉਹ ਨਵਾਂ ਸਾਲ ਖਾਸ ਤਰੀਕੇ ਨਾਲ ਮਨਾਉਣਾ ਚਾਹੁੰਦਾ। ਇਸ ਕਰਕੇ ਉਸਨੇ ਦੁੱਧ ਗਰਮ ਕਰਾਇਆ ਔਰ ਦੋ ਕੇਕ ਲੈ ਕੇ ਖਾਧੇ, ਸਿਗਰਟਾਂ ਦੀ ਡੱਬੀ ਲਈ ਹੈ ਔਰ ਅਖਬਾਰ ਹੈ। ਹੁਣ ਇੱਥੇ ਉਸਨੂੰ ਆਪਣੇ ਪੰਜਵੀਂ ਫੇਲ ਹੋਣ 'ਤੇ ਮਾਣ ਹੈ ਕਿਉਂਕਿ ਉਸਨੂੰ ਅਖਬਾਰ ਜਿਹੜਾ ਹੈ ਨਾ ਉਹ ਪੜ੍ਹਨਾ ਚੰਗਾ ਲੱਗਦਾ ਹੈ। ਉਸਨੇ ਹੋਟਲ ਵਾਲੇ ਨੂੰ, ਕਿਉਂਕਿ ਉਸਨੇ ਕਿਸੇ ਸੜਕ ਦੇ ਕਿਨਾਰੇ ਤੋਂ ਚਾਹ ਨਹੀਂ ਪੀਤੀ, ਹੁਣ ਉਹ ਕਿਉਂਕਿ ਨਵਾਂ ਸਾਲ ਹੈ ਉਸਦੀ ਜੇਬ ਵਿੱਚ 1.5 ਰੁਪਏ ਹੈ, ਇਸ ਕਰਕੇ ਉਹ ਇੱਕ ਹੋਟਲ 'ਤੇ ਜਾ ਕੇ ਕੇਕ ਖਾਂਦਾ ਔਰ ਦੁੱਧ ਜਿਹੜਾ ਉਹ ਪੀਂਦਾ। ਹੁਣ ਉਹ ਆਪਣੀ ਅਖਬਾਰ ਵਿੱਚੋਂ ਹੋਟਲ ਵਾਲੇ ਨੂੰ ਗੱਲਾਂ ਦੱਸਦਾ, ਨਵੇਂ ਸਾਲ ਦੀ ਵਧਾਈ ਦੀਆਂ ਖਬਰਾਂ ਪੜ੍ਹਦਾ ਕਿਉਂਕਿ ਉਸਦੀ ਬਹੁਤ ਸਾਰੀਆਂ ਵਧਾਈ ਦੀਆਂ ਖਬਰਾਂ ਨੇ ਅਖਬਾਰ ਵਿੱਚ। ਫਿਰ ਉਹਨੂੰ ਇਹ ਲੱਗਦਾ ਕਿ ਇਹ ਜੋ ਸਾਰੀ ਗੱਲ ਹੈ ਨਾ ਇਹ ਕਰਮਾਂ ਦੀ ਖੇਡ ਹੈ, ਇਸ ਵਿੱਚ ਬੰਦੇ ਦਾ ਕੋਈ ਦਖਲ ਨਹੀਂ ਹੈ। ਫਿਰ ਉਹ ਆਪਣੇ ਪਰਿਵਾਰ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ। ਉਸ ਤੋਂ ਬਾਅਦ ਫਿਰ ਪਤਾ ਲੱਗਦਾ ਕਿ ਇੱਕ ਨਵਾਂ ਜੋੜਾ ਗੁਰਪੁਰਬ ਅਤੇ ਅੰਮ੍ਰਿਤਸਰ ਦੇ ਮੱਥਾ ਟੇਕ ਲਿਆ। ਕਿੱਦਾਂ ਗੁਰਪੁਰਬ ਦਾ ਪਤਾ ਲੱਗਦਾ ਕਿ ਬਾਜ਼ਾਰ ਸੱਜੇ ਹੋਏ ਨੇ, ਸਜਾਵਟ ਇੱਦਾਂ ਦੀ ਹੋਈ ਹੈ, ਅਤੇ ਉਸ ਤੋਂ ਪਤਾ ਲੱਗਦਾ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ, ਮੱਥਾ ਟੇਕਣ ਦੀ ਤਿਆਰੀ ਕਰਦਾ ਹੈ। ਪਰ ਉਸ ਤੋਂ ਪਹਿਲੇ ਉਸਨੂੰ ਇੱਕ ਨੌਜਵਾਨ ਜੋੜਾ ਮਿਲਦਾ, ਉਹ ਉੱਥੇ ਮੱਥਾ ਟੇਕਣ ਆਇਆ, ਉਹ ਆਪਸ ਵਿੱਚ ਚੋਹਲਬਾਜ਼ੀ ਕਰਦੇ ਨੇ ਅਤੇ ਉਹ ਉਹਨੂੰ ਇਹ ਚੰਗਾ ਨਹੀਂ ਲੱਗਦਾ, ਉਹਨੂੰ ਲੱਗਦਾ ਵੀ ਇਹ ਬੰਦੇ ਘਰ ਜਾ ਕੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ। ਫਿਰ ਜਿਹੜਾ ਹੈ ਨਾ ਉਹ ਨਵਾਂ ਜੋੜਾ ਉਸਨੂੰ ਪੈਸੇ ਦੇ ਕੇ ਉੱਤਰ ਜਾਂਦਾ ਹੈ। ਬਸ ਸਵਾਰੀਆਂ ਚੜ੍ਹਦੀਆਂ ਰਿਕਸ਼ੇ 'ਤੇ, ਉੱਤਰ ਜਾਂਦੀਆਂ, ਚੜ੍ਹਦੀਆਂ, ਉੱਤਰ ਜਾਂਦੀਆਂ। ਇਹਨਾਂ ਛੋਟੇ ਛੋਟੇ ਸਵਾਰੀਆਂ ਦੇ ਜੋ ਵਾਰਤਾਲਾਪ ਨੂੰ ਉਸ ਤੋਂ ਪਤਾ ਲੱਗਦਾ ਵੀ ਸਮਾਜ ਵਿੱਚ ਕੀ ਵਾਪਰ ਰਿਹਾ। ਨਵੇਂ ਜੋੜੇ ਨੂੰ ਉਤਾਰ ਕੇ ਜੋ ਬੰਤਾ ਹੈ ਉਸਨੂੰ ਫਿਰ ਇੱਕ ਹੋਰ ਸਵਾਰੀ ਮਿਲਦੀ ਹੈ ਜੋ ਕਿ ਇੱਕ ਸਰਦਾਰ ਨਹੀਂ ਹੈ, ਉਹਨਾਂ ਦੇ ਘਰ 5 ਕੁੜੀਆਂ ਤੋਂ ਬਾਅਦ ਮੁੰਡਾ ਹੋਇਆ ਅਤੇ ਉਸਦੇ ਲਈ ਸ਼ੁਕਰਾਨੇ ਲਈ ਉਹ ਪ੍ਰਸ਼ਾਦ ਕਰਾ ਲੈਂਦੇ ਨੇ। 5.25 ਰੁਪਏ ਦਾ ਪ੍ਰਸ਼ਾਦ ਉਹਨਾਂ ਨੇ ਗੁਰਦੁਆਰਾ ਸਾਹਿਬ ਚੜ੍ਹਾਇਆ ਹੈ ਔਰ ਸ਼ੁਕਰ ਮਨਾਇਆ। ਉਹਦੇ ਕੋਲ ਇੰਨਾ ਪੈਸਾ ਹੈ ਕਿ ਜੇ 5 ਮੁੰਡੇ ਵੀ ਹੁੰਦੇ ਤਾਂ ਖੂਬ ਕਮਾ ਸਕਦੇ ਸੀ, ਜ਼ਿੰਦਗੀ ਖੁਸ਼ਹਾਲੀ ਨਾਲ ਬਿਤਾ ਸਕਦੇ ਸੀ। ਫਿਰ ਇਸ ਗੱਲ ਨੂੰ ਸੁਣ ਕੇ ਫਿਰ ਉਹ ਆਪਣੇ ਪਰਿਵਾਰ 'ਤੇ ਪਹੁੰਚ ਜਾਂਦਾ, ਉਹਦੀ ਕਮਾਈ ਇੱਦਾਂ ਦੀ ਹੈ, ਜਿਹੜੀਆਂ ਕੁੜੀਆਂ ਉਹ ਠੀਕ ਨਹੀਂ ਰਹਿੰਦੀਆਂ, ਇੱਕ ਕੁੜੀ ਦੀਆਂ ਅੱਖਾਂ ਠੀਕ ਨਹੀਂ ਹੈ, ਇੱਕ ਕੁੜੀ ਦਾ ਪੇਟ ਖਰਾਬ ਰਹਿੰਦਾ, ਫੁੰਮਣ ਜਿਹੜਾ ਉਹ ਠੀਕ ਨਹੀਂ ਰਹਿੰਦਾ, ਘਰ ਵਾਲੀ ਤਾਰੋ ਉਦਾਸ ਰਹਿੰਦੀ। ਇਸ ਤਰ੍ਹਾਂ ਉਹ ਦੁਬਾਰਾ ਉਹ 5 ਕੁੜੀਆਂ ਪਿੱਛੋਂ ਮੁੰਡੇ ਹੋਣ ਦੀ ਗੱਲ ਸੁਣ ਕੇ ਆਪਣੇ ਪਰਿਵਾਰ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਹੈ। ਇੰਨੀ ਦੇਰ ਨੂੰ ਜਲੀਆਂ ਵਾਲੇ ਬਾਗ 'ਚ ਪਹੁੰਚ ਜਾਂਦਾ, ਜਲੀਆਂ ਵਾਲਾ ਬਾਗ ਜਿੱਥੇ ਕਿ ਗੋਲੀਆਂ ਦੇ ਨਿਸ਼ਾਨ ਹੈ ਔਰ ਅੰਗਰੇਜ਼ਾਂ ਨੇ ਬੜੇ ਸਾਰੇ ਹਿੰਦੁਸਤਾਨੀਆਂ ਨੂੰ ਭੁੰਨ ਦਿੱਤਾ, ਐਸੀ ਜਗ੍ਹਾ 'ਤੇ ਫਿਰ ਉਸਨੂੰ ਇੱਕ ਹੋਰ ਸਵਾਰੀ ਮਿਲਦੀ ਹੈ ਜੋ 50 ਸਾਲ ਦਾ ਇੱਕ ਖਾਦੀ ਦੇ ਕੱਪੜਿਆਂ ਵਾਲਾ ਬੰਦਾ ਹੈ। ਜੋ ਉਸਦੀ ਗੱਲਬਾਤ ਤੋਂ ਪਤਾ ਲੱਗਦਾ ਜਿਹੜਾ ਉਸਦਾ ਪਿਤਾ ਹੈ ਨਾ ਉਹ ਦੇਸ਼ ਭਗਤ ਹੈ, 80 ਸਾਲ ਦਾ ਹੈ ਔਰ ਹੁਣ ਮੰਜੇ 'ਤੇ ਪਿਆ, ਉਸਨੇ ਰਾਤੀ ਰੋਟੀਆਂ ਖਾਧੀਆਂ, ਉਹਨੂੰ ਹਜ਼ਮ ਨਹੀਂ ਹੋਈਆਂ ਬੇਸਣ ਵਾਲੀਆਂ ਰੋਟੀਆਂ, ਇਸ ਕਰਕੇ ਉਸਨੂੰ ਟੀਕਾ ਲਾਉਣ, ਉਸਦੀ ਦਵਾਈ ਲੈਣ ਜਾ ਰਿਹਾ ਅਤੇ ਉਹਦਾ ਦਿਲ ਕਰਦਾ ਕਿ ਜਾ ਕੇ 80 ਸਾਲ ਦੇ ਬਜ਼ੁਰਗ ਨੂੰ ਦੇਖੇ ਜਿਸਦੀ ਲੱਤ ਵਿੱਚ ਉਸ ਸਮੇਂ ਜਲੀਆਂ ਵਾਲੇ ਬਾਗ ਦੇ ਕਾਂਡ ਵਿੱਚ ਗੋਲੀ ਲੱਗੀ ਸੀ, ਪਰੰਤੂ ਆਪਣੇ ਰਿਕਸ਼ੇ ਵਾਲੇ ਦੀ ਹੈਸੀਅਤ ਜਾਣ ਕੇ ਫਿਰ ਉਸਨੂੰ ਅੱਗੇ ਨਹੀਂ ਹੁੰਦਾ। ਅਤੇ ਉਸ ਤੋਂ ਬਾਅਦ
ਦੋ ਕੁੜੀਆਂ ਚੜ੍ਹਦੀਆਂ ਨੇ, ਫਿਲਮਾਂ ਬਾਰੇ ਗੱਲ ਕਰ ਲਈਆਂ ਨੇ ਔਰ ਫਿਲਮਾਂ ਦੇ ਬਾਰੇ ਗੱਲ ਕਰਦੇ, ਇੱਕ ਕੁੜੀ ਦੂਜੀ ਨੂੰ ਕਹਿੰਦੀ ਤੂੰ ਸ਼ਰਮ ਕਰ, ਕਹਿੰਦੇ ਨਹੀਂ ਸ਼ਰਮ ਕਾਹਦੀ ਇਸ ਵਿੱਚ, ਜਿਹੜਾ ਕਿਸੇ ਡਰਨਾ ਨਹੀਂ ਚਾਹੀਦਾ। ਇਸ ਗੱਲ ਤੋਂ ਉਸਨੂੰ ਪਤਾ ਲੱਗਦਾ ਹੈ ਵੀ ਡਰਨਾ ਨਹੀਂ ਚਾਹੀਦਾ। ਫਿਰ ਆਪਣੀ ਤਾਰੋ ਬਾਰੇ ਸੋਚਦਾ ਹੈ ਵੀ ਤਾਰੋ ਤਾਂ ਬੜੀ ਲਿੱਸੀ ਹੋ ਗਈ ਹੈ, ਬੜੀ ਉਦਾਸ ਹੋ ਗਈ, ਬੜੀ ਚੁੱਪ ਚਾਪ ਰਹਿੰਦੀ ਹੈ। ਫਿਰ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਬੰਤੇ ਦੀ ਮਾਂ ਨੇ ਲਾਜ ਦੇ ਤਾਰੋ ਦੇ ਟਰੰਕ ਵਿੱਚੋਂ ਉਸਦੇ ਸਾਰੇ ਦਾਜ ਦੇ ਕੱਪੜੇ ਕੱਢ ਕੇ ਆਪਣੀਆਂ ਕੁੜੀਆਂ ਨੂੰ ਵੰਡ ਦਿੱਤੇ, ਜਿਸ ਦੇ ਗਮ ਨੂੰ ਤਾਰੋ ਨੇ ਹਮੇਸ਼ਾ ਲਈ ਆਪਣੇ ਮਨ 'ਤੇ ਲਾ ਲਿਆ। ਹੁਣ ਉਹ ਬੰਤੇ ਨਾਲ ਉਦਾਸ ਰਹਿੰਦੀ ਹੈ, ਚੰਗੀ ਤਰ੍ਹਾਂ ਬੋਲਦੀ ਨਹੀਂ, ਘਰ ਨੂੰ ਬੜੇ ਖਿੱਚ ਤਾਣ ਕੇ ਬੜੀ ਔਖਿਆਈ ਨਾਲ ਚਲਾ ਲੈਂਦੀ, ਪਰ ਆਪਣੇ ਦੁੱਖ ਨੂੰ ਆਪਣੇ ਪਤੀ ਬੰਤੇ ਨਾਲ ਨਹੀਂ ਵਟਾਉਂਦੀ। ਉਸ ਤੋਂ ਬਾਅਦ ਆਖਿਰ ਵਿੱਚ ਇਸ ਜਿਹੜਾ ਸਵੇਰ ਵਾਲੇ ਸੀਨ ਵਿੱਚ ਹੈ, ਇੱਕ ਦੋ ਜਨਾਨੀਆਂ ਚੜ੍ਹਦੇ ਨੇ, ਇੱਕ ਮਾਂ, ਇੱਕ ਵਿਚੋਲਨ ਹੈ। ਵਿਚੋਲਨ ਦਾ ਨਾਮ ਹੈ ਲਾਜੋ। ਹੁਣ ਉਹ ਇੱਕ ਕੁੜੀ ਦੇ ਰਿਸ਼ਤੇ ਲਈ ਜਾ ਰਹੀਆਂ ਨੇ ਔਰ ਕਹਿੰਦੀਆਂ ਉਹ ਕੁੜੀ ਪਸੰਦ ਆ ਜਾਏਗੀ ਤਾਂ ਅਸੀਂ ਉੱਥੇ ਮੁੰਦਰੀ ਪਾ ਦੇਣੀ ਹੈ। ਹੁਣ ਇਹ ਗੱਲ ਪਤਾ ਲੱਗਦੀ ਹੈ ਬਈ ਮਹੇਸ਼ੀ ਨਾਂ ਦੇ ਮੁੰਡੇ ਲਈ ਕੁੜੀ ਦੇਖਣ ਜਾ ਰਿਹਾ ਹੈ ਔਰ ਮਹੇਸ਼ੀ ਜਿਹੜਾ ਟੀਰ ਮਾਰਦਾ ਉਹ ਸੀ ਕੱਖ ਸਿੱਧੀ ਨਹੀਂ ਹੈ। ਫਿਰ ਉਹ ਕਹਿੰਦੀਆਂ ਅੱਛਾ ਇੱਦਾਂ ਕਰਾਂਗੇ, ਅਸੀਂ ਉਹਨੂੰ ਦੁਪਹਿਰੇ ਲਾ ਜਾਵਾਂਗੇ ਧੁੱਪੇ, ਉਹਨੂੰ ਧੁੱਪ ਦਾ ਚਸ਼ਮਾ ਪਾ ਲਾਂਗੇ, ਫਿਰ ਇਹ ਗੱਲ ਛੁੱਪ ਜਾਏਗੀ ਕਿ ਮੁੰਡਾ ਟੀਰ ਮਾਰਦਾ। ਇਹਦਾ ਮਤਲਬ ਬੇਈਮਾਨੀ ਦੇ ਆਸਰੇ, ਅੱਜ ਦੇ ਨਵੇਂ ਸਾਲ ਦੇ ਚੜ੍ਹੇ ਵਾਲੇ ਦਿਨ ਉਹ ਬੇਈਮਾਨੀ ਦੇ ਆਸਰੇ ਕਿਸੇ ਕੁੜੀ ਨੂੰ, ਕਿਸੇ ਕਮੀ ਵਾਲੇ ਮੁੰਡੇ ਨਾਲ, ਕਿਸੇ ਪੜ੍ਹੀ ਲਿਖੀ ਸਿਆਣੀ ਸੁੰਦਰ ਕੁੜੀ ਨੂੰ ਇਸ ਤਰ੍ਹਾਂ ਦੇ ਮੁੰਡਿਆਂ ਨਾਲ ਫਸਾਉਣਾ ਚਾਹੁੰਦੀ ਹੈ ਤਾਂ ਕਿ ਉਸਦਾ ਵਿਚੋਲਣ ਵਾਲਾ ਸੂਟ ਬਣ ਜਾਵੇ। ਉਸ ਤੋਂ ਬਾਅਦ ਅਖੀਰ ਵਿੱਚ ਭਲਵਾਨ ਉਸਦੇ ਰਿਕਸ਼ੇ 'ਤੇ ਚੜ੍ਹਦਾ, 50 ਪੈਸੇ ਦਿੰਦਾ, ਫਿਰ ਉਹ ਕਹਿੰਦਾ, ਫਿਰ ਆਪਣੇ ਬਾਰੇ ਸੋਚਦਾ ਕਿ ਜਿਹੜਾ ਚੰਗੀ ਸਿਹਤ ਲਈ ਚੰਗੀ ਕਸਰਤ ਜ਼ਰੂਰੀ ਹੈ, ਚੰਗਾ ਖਾਣਾ ਪੀਣਾ ਜ਼ਰੂਰੀ ਹੈ, ਪਰ ਮੇਰਾ ਪਰਿਵਾਰ। ਇਸ ਤਰ੍ਹਾਂ ਜਿਹੜੀ ਸਟੋਰੀ ਹੈ ਉਹ ਅੱਗੇ ਚੱਲਦੀ ਜਾਂਦੀ ਹੈ। ਫਿਰ ਉਹ ਜਦੋਂ ਸੂਰਜ ਜਿਹੜਾ ਚੰਗੀ ਤਰ੍ਹਾਂ ਚੜ੍ਹ ਜਾਂਦਾ, ਦੁਕਾਨਾਂ ਖੁੱਲ੍ਹਣ ਲੱਗਦੀਆਂ, ਤਾਂ ਫਿਰ ਇੱਕ ਜਗ੍ਹਾ ਬੈਠ ਕੇ ਉਹ ਚਾਹ ਪੀਂਦਾ ਅਤੇ ਮੂੰਗਫਲੀ ਲੈ ਕੇ ਆਪਣੇ ਰਿਕਸ਼ੇ 'ਤੇ ਬੈਠ ਜਾਂਦਾ। ਇਸ ਤਰ੍ਹਾਂ ਜੋ ਪਹਿਲਾ ਸੀਨ ਹੈ ਸਵੇਰ ਦਾ, ਉਹ ਨਾਵਲ ਵਿੱਚ ਹੁਣ ਖਤਮ ਹੁੰਦਾ। ਜੋ ਇਸ ਨਾਵਲ ਦਾ ਦੂਜਾ ਭਾਗ ਹੈ, ਉਸ ਵਿੱਚ ਜੋ ਬੰਤਾ ਹੈ ਉਹ ਦੁਪਹਿਰੇ ਭੁੱਖ ਲੱਗਦੀ ਹੈ ਅਤੇ ਰਿਕਸ਼ਾ ਲੈ ਕੇ ਆਪਣੇ ਘਰ ਆ ਜਾਂਦਾ ਹੈ ਅਤੇ ਇਹ ਜੋ ਸਾਰੀ ਦੁਪਹਿਰ ਦਾ ਸਮਾਂ ਹੈ ਇਹ ਬੰਤਾ ਆਪਣੇ ਘਰ ਵਿੱਚ ਹੀ ਬਤੀਤ ਕਰਦਾ ਹੈ। ਘਰ ਵਿੱਚ ਬਤੀਤ ਕਰਦਿਆਂ, ਲੇਟਦਿਆਂ, ਸੁੱਤਿਆਂ, ਉਂਗ ਲੈਂਦਿਆਂ ਉਸਨੂੰ ਫਿਰ ਸਾਰੀਆਂ ਪੁਰਾਣੀਆਂ ਗੱਲਾਂ ਚੇਤੇ ਆਉਂਦੀਆਂ, ਕਿਉਂਕਿ ਇਹ ਜੋ ਸਾਰੀਆਂ ਗੱਲਾਂ ਉਸਦੇ ਜ਼ਿਹਨ ਵਿੱਚ ਘੁੰਮਦੀਆਂ, ਸਾਰੇ ਉਸਦੇ ਜੀਵਨ ਨਾਲ ਜੁੜੀਆਂ ਹੋਈਆਂ ਨੇ, ਬੜੀਆਂ ਨਿੱਕੀਆਂ ਗੱਲਾਂ ਨੇ, ਪਰ ਇਹਨਾਂ ਨਿੱਕੀਆਂ ਗੱਲਾਂ ਨੇ ਬੰਤੇ ਅਤੇ ਤਾਰੋ ਦੇ ਰਿਸ਼ਤੇ 'ਚ ਬੜੀ ਸਾਰੀ ਦਰਾਰ ਪੈਦਾ ਕਰ ਦਿੱਤੀ ਹੈ, ਜਿਸ ਕਰਕੇ ਤਾਰੋ ਘੁੱਟੀ ਘੁੱਟੀ ਰਹਿੰਦੀ। ਇਹ ਸਾਰੀਆਂ ਜੋ ਗੱਲਾਂ ਨੇ ਇਹ ਦੁਪਹਿਰ ਦੇ ਸੀਨ ਵਿੱਚ ਹੁੰਦੀਆਂ। ਇਸ ਨਾਵਲ ਦੇ 3 ਭਾਗ ਨੇ, ਅਸੀਂ ਸਵੇਰ ਵਾਲਾ ਕਰ ਚੁੱਕੇ ਹਾਂ, ਹੁਣ ਅਸੀਂ ਦੁਪਹਿਰ ਵਾਲਾ ਹਿੱਸਾ ਕਰ ਰਹੇ ਹਾਂ। ਭੁੱਖ ਮਹਿਸੂਸ ਹੁੰਦੀ ਹੈ ਅਤੇ ਬੰਤਾ ਦੁਪਹਿਰੇ ਆਪਣੇ ਘਰ ਆ ਜਾਂਦਾ, ਜਿੱਦਾਂ ਹੀ ਬਾਹਰ ਆ ਕੇ ਆਪਣੇ ਘਰ ਦੇ ਬਾਹਰ ਰਿਕਸ਼ਾ ਖੜ੍ਹਾ ਕਰਦਾ ਅਤੇ ਜਿਹੜਾ ਫੁੰਮਣ ਪੁੱਤਰ ਹੈ ਉਸਦਾ, ਉਹ 3 ਸਾਲ ਦਾ, ਉਹਦੀ ਰਿਕਸ਼ੇ ਦੀ ਕਾਠੀ 'ਤੇ ਬਹਿ ਜਾਂਦਾ। ਉਹ ਦੇਖਦਾ ਵੀ ਬੱਚਾ ਬੜੇ ਮਜ਼ੇ ਲੈ ਰਿਹਾ ਕਾਠੀ 'ਤੇ ਬਹਿ ਕੇ, ਉਹਦੇ ਮਨ 'ਚ ਇੱਕਦਮ ਵਿਚਾਰ ਇੱਕਦਮ ਆਉਂਦਾ ਹੈ ਕਿ ਕਿਤੇ ਫੁੰਮਣ ਮੇਰੇ ਵਾਂਗੂ ਰਿਕਸ਼ਾ ਨਾ ਚਲਾਉਣਾ ਸ਼ੁਰੂ। ਉਸਨੂੰ ਬੜਾ ਬੁਰਾ ਲੱਗਦਾ ਜਦੋਂ ਉਹ ਉਸਦਾ ਪੁੱਤਰ ਫੁੰਮਣ ਰਿਕਸ਼ੇ ਦੀ ਕਾਠੀ ਯਾਨੀ ਗੱਦੀ 'ਤੇ ਬਹਿ ਕੇ ਮਜ਼ੇ ਕਰਦਾ ਅਤੇ ਉਸਨੂੰ ਲੱਗਦਾ ਕਿਤੇ ਵੱਡਾ ਹੋ ਕੇ ਰਿਕਸ਼ਾ ਵਾਲਾ ਨਾ ਬਣ ਜਾਵੇ, ਰਿਕਸ਼ਾ ਚਾਲਕ ਨਾ ਬਣ ਜਾਵੇ। ਹੁਣ ਉਸਨੂੰ ਭੁੱਖ ਲੱਗੀ ਹੋਈ ਹੈ ਅਤੇ ਉਹ ਪੁੱਛਦਾ ਵੀ ਰੋਟੀ ਤਿਆਰ ਹੈ, ਅਤੇ ਤਾਰੋ ਕਹਿੰਦੀ ਜੇ ਨਾ ਬਣੀ ਹੋਏ ਤਾਂ, ਉਹ ਕਹਿੰਦਾ ਫਿਰ ਮੈਂ ਜਾ ਰਿਹਾ। ਜਿੱਦਾਂ ਹੀ ਜਾਣ ਲੱਗਦੀ ਹੈ ਤਾਰੋ, ਜਿੱਦਾਂ ਹੀ ਜਾਣ ਲੱਗਦਾ ਤਾਰੋ ਉਸਦਾ ਹੱਥ ਫੜ ਕੇ ਘਰ ਦੇ ਅੰਦਰ ਬੁਲਾ ਲੈਂਦੀ ਹੈ ਅਤੇ ਉਸਨੂੰ ਜਿਹੜਾ ਰਾਤ ਦਾ ਮੱਕੀ ਦਾ ਸਾਗ ਹੈ ਉਸਦੇ ਨਾਲ ਉਸਨੂੰ ਤਾਜ਼ੀਆਂ ਮੱਕੀ ਦੀਆਂ ਰੋਟੀਆਂ ਬਣਾ ਕੇ ਖਵਾਉਂਦੀ ਹੈ ਅਤੇ ਹੁਣ ਉਹ ਖੁਸ਼ ਹੋ ਜਾਂਦਾ ਕਿਉਂਕਿ ਤਾਰੋ ਦਾ ਮੂਡ ਅੱਜ ਇਸ ਸਮੇਂ ਚੰਗਾ, ਦੁਪਹਿਰ ਦੇ ਸਮੇਂ ਚੰਗਾ। ਆਪਣੀ ਜੇਬ ਵਿੱਚੋਂ ਜਿਹੜੇ ਸਵੇਰ ਦੀ ਕਮਾਈ ਕੀਤੀ ਹੈ ਉਹ ਕੱਢ ਕੇ ਉਸਨੂੰ ਦੇ ਦਿੰਦਾ, ਰੁਪਈਏ ਰੁਪਈਏ ਉਹ ਰੱਖ ਲੈਂਦੀ ਹੈ, ਜਿਹੜੀ ਭਾਨ ਹੈ ਉਹ ਵਾਪਸ ਬੰਤੇ ਨੂੰ ਕਰ ਦਿੰਦੀ ਹੈ। ਬੰਤਾ ਖੁਸ਼ ਹੋ ਜਾਂਦਾ। ਫਿਰ ਉਹ ਕਹਿੰਦਾ ਰੋਟੀ ਖਾਂਦਾ ਖਾਂਦਾ ਤੈਨੂੰ ਕੁਛ ਚਾਹੀਦਾ? ਇੱਥੇ ਬੜੀ ਉਦਾਸ ਗੱਲ ਇਹ ਹੁੰਦੀ ਹੈ ਕਿ ਬੰਤੋ ਜ਼ਿਆਦਾ ਬੋਲਦੀ ਨਹੀਂ, ਕਹਿੰਦੇ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ। ਉਹ ਕਹਿੰਦੇ ਤੇਰਾ ਝੱਗਾ ਪਾਟਾ ਹੋਇਆ, ਕਹਿੰਦੇ ਨਹੀਂ ਮੈਨੂੰ ਝੱਗੇ ਸਵਾਦ, ਇਹੀ ਮੇਰੇ ਲਈ ਠੀਕ ਹੈ। ਇਸ ਤਰ੍ਹਾਂ ਜੋ ਬੰਤੇ ਦੀਆਂ ਗੱਲਾਂ ਦਾ ਜੋ ਜਵਾਬ ਹੈ ਤਾਰੋ, ਬੜੀ ਘੁੱਟੀ ਘੁੱਟੀ, ਬੜੀ ਯਾਨੀ ਗਲੋਂ ਲਾਹਣ ਵਾਲੀ ਅੰਦਾਜ਼ ਨਾਲ ਬੋਲੇ, ਜਿਸ ਕਰਕੇ ਬੰਤੇ ਦੇ ਮਨ ਨੂੰ ਬੁਰਾ ਲੱਗਦਾ ਹੈ। ਹੁਣ ਉਹਨੂੰ ਲੱਗਦਾ ਹੈ ਵੀ ਜਦੋਂ ਉਹ ਆਪਣੇ ਰਿਕਸ਼ੇ 'ਤੇ ਬਾਜ਼ਾਰੋਂ ਬੰਦੇ ਤੀਵੇਂ ਨੂੰ ਬਿਠਾ ਕੇ ਲਿਆਉਂਦਾ, ਉਹਦੇ ਹੱਥ 'ਚ ਕਿੰਨੇ ਕਿੰਨੇ ਬੰਡਲ ਹੁੰਦੇ ਆ ਖਰੀਦਦਾਰੀ ਦੇ, ਤਾਂ ਜਿਹੜੀਆਂ ਜਨਾਨੀਆਂ ਉਹਨਾਂ ਦੀਆਂ ਗੱਲਾਂ 'ਚ ਬੜੀ ਮਿਠਾਸ ਹੁੰਦੀ ਹੈ। ਉਹ ਬੜਾ ਮਿੱਠੇ ਮਿੱਠੇ ਤਰੀਕੇ ਨਾਲ ਆਪਣੇ ਪਤੀਆਂ ਨਾਲ ਗੱਲਾਂ ਕਰਦੀਆਂ ਨੇ ਅਤੇ ਪਤੀਆਂ ਦੀ ਹੁੰਗਾਰੇ 'ਚ ਨਿੱਘ ਹੁੰਦਾ, ਪਿਆਰ ਹੁੰਦਾ। ਇਸ ਤਰ੍ਹਾਂ ਯਾਨੀ ਜੋ ਖਰੀਦਦਾਰੀ ਹੈ ਨਾ, ਇਹ ਆਪਸੀ ਮਨ ਮੁਟਾਵ ਨੂੰ ਦੂਰ ਕਰਨ ਦਾ ਬਹੁਤ ਵੱਡਾ ਸਾਧਨ ਹੈ। ਇਸ ਕਰਕੇ ਜੋ ਬੰਤਾ ਔਰ ਜੋ ਤਾਰੋ ਹੈ, ਉਸ ਜੋ ਬੰਤਾ ਹੈ ਉਹ ਤਾਰੋ ਨੂੰ ਚੰਗੀ ਸ਼ੋਪਿੰਗ ਨਹੀਂ ਕਰਾ ਸਕਦਾ, ਖਰੀਦ ਕੇ ਨਹੀਂ ਦੇ ਸਕਦਾ, ਉਹਦਾ ਝੱਗਾ ਵੀ ਪਾਟਾ ਪਿਆ, ਬੱਚਿਆਂ ਦੇ ਕੱਪੜੇ ਵੀ ਪੁਰਾਣੇ ਹੋ ਗਏ ਨੇ ਔਰ ਬਹੁਤ ਗਰੀਬੀ ਵਿੱਚ ਜੀਵਨ ਬਤੀਤ ਕਰ ਰਿਹਾ, ਕਿਉਂਕਿ ਸਿਰਫ ਮਸਾਂ ਗੁਜ਼ਾਰਾ ਰੋਟੀ ਪਾਣੀ ਦਾ ਹੀ ਚੱਲਦਾ। ਹੁਣ ਉਹ ਯਾਦ ਕਰਦਾ ਕਿ ਲੋਕ ਆਪਣੇ ਤੀਵੀਆਂ ਨੂੰ ਬੜੀ ਸਾਰੀਆਂ ਚੀਜ਼ਾਂ ਖਰੀਦ ਕੇ ਦਿੰਦੇ ਨੇ ਔਰ ਤੀਵੀਆਂ ਖੁਸ਼ ਹੋ ਕੇ ਆਪਣੇ ਪਤੀਆਂ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਦੀਆਂ ਨੇ।
ਹੁਣ ਉਹ ਧੁੱਪ ਦਾ ਨਿੱਘ ਲੈਂਦਾ, ਦੁਪਹਿਰ ਹੋ ਚੁੱਕੀ ਹੈ, ਧੁੱਪ ਦਾ ਨਿੱਘ ਲੈਂਦਾ, ਬਾਹਰ ਵਿਹੜੇ ਵਿੱਚ ਆ ਕੇ ਸੌਂ ਜਾਂਦਾ ਹੈ। ਜਦੋਂ ਸੌਂਦਾ ਹੈ ਤਾਂ ਉਸਨੂੰ ਲੱਗਦਾ ਹੈ, ਸੋਚਦਾ ਹੈ ਕਿ ਉਹਦੀ ਜ਼ਿੰਦਗੀ ਸਿਰਫ ਪੈਡਲ ਮਾਰਦੇ ਬੀਤ ਜਾਣੀ ਹੈ, ਪਹੁੰਚਣਾ ਕਿਤੇ ਨਹੀਂ। ਗਰੀਬ ਦੀ ਜੋ ਜ਼ਿੰਦਗੀ ਹੈ ਉਹ ਸਾਰੀ ਸੰਘਰਸ਼ ਵਿੱਚ ਬੀਤ ਜਾਂਦੀ ਹੈ, ਉਹਨਾਂ ਦੀ ਮੰਜ਼ਿਲ, ਉਹਨਾਂ ਦੀ ਪ੍ਰਾਪਤੀ, ਉਹਨਾਂ ਦੀ ਤਸੱਲੀ ਕਿਤੇ ਵੀ ਨਹੀਂ ਹੁੰਦੀ। ਇਹ ਜਿਹੜੀ ਗੱਲ ਹੈ ਇਹ ਬੰਦੇ 'ਤੇ ਵੀ ਪੂਰੀ ਠੀਕ ਟੁੱਕਦੀ ਹੈ, ਅਤੇ ਅੱਜ ਦੇ ਸਮੇਂ ਵਿੱਚ ਜਿਹੜੇ ਬੰਦੇ ਆਪਣੇ ਸਿਰਫ ਰੋਟੀ ਪਾਣੀ ਲਈ ਜੇ ਸੰਘਰਸ਼ ਕਰ ਰਹੇ, ਉਹਨਾਂ ਦੀ ਜ਼ਿੰਦਗੀ 'ਤੇ ਵੀ ਠੀਕ ਟੁੱਕਦੀ ਹੈ। ਫਿਰ ਉਸਨੂੰ ਆਪਣਾ ਵਿਆਹ ਚੇਤੇ ਆ ਜਾਂਦਾ ਹੈ ਅਤੇ ਉਹ ਕਹਿੰਦਾ ਹੈ ਵੀ ਕਾਸ਼ ਮੇਰਾ ਜਿਹੜਾ ਪਰਿਵਾਰ ਹੈ ਇਹ ਵੀ ਇਸ ਤਰ੍ਹਾਂ ਖੁਸ਼ਹਾਲ ਹੁੰਦਾ। ਅਤੇ ਹੁਣ ਪਤਾ ਲੱਗਦਾ ਹੈ ਕਿ ਜਿਹੜੀ ਉਸਦਾ ਜਿਹੜਾ ਰਿਸ਼ਤਾ ਹੈ, ਯਾਨੀ ਜਦੋਂ ਉਸਦਾ ਵਿਆਹ ਹੋਇਆ ਸੀ ਉਸ ਸਮੇਂ ਉਹ ਬੜਾ ਖੁਸ਼ ਸੀ। ਉਸਨੂੰ ਆਪਣਾ ਵਿਆਹ ਚੇਤੇ ਆਉਂਦਾ, ਉਹ ਆਪਣੇ ਪੁਰਾਣੇ ਸਮੇਂ ਨੂੰ ਯਾਦ ਕਰਦਾ ਅਤੇ ਉਹਦੀ ਆਪਣੇ ਬੰਦੇ ਦੀ ਉਹਨੂੰ ਲੱਗਦਾ ਵੀ ਜਦੋਂ ਤਾਰੋ ਦੀ ਝੋਲੀ ਵਿੱਚ ਕੁਝ ਪੈਸੇ ਪਾਉਂਦਾ ਤਾਂ ਖੁਸ਼ ਹੋ ਜਾਂਦੀ ਹੈ। ਹੁਣ ਜਿਹੜੀ ਤਾਰੋ ਹੈ ਨਾ, ਉਸ ਨੂੰ ਆਪਣੇ ਪਤੀ ਦਾ ਰਿਕਸ਼ਾ ਚਲਾਉਣਾ ਪਸੰਦ ਨਹੀਂ ਹੈ। ਗਰੀਬ ਹੈ ਪਰ ਚਾਹੁੰਦੀ ਉਹਦਾ ਪਤੀ ਕੋਈ ਚੰਗੀ ਕਾਰ ਕਰੇ, ਚੰਗਾ ਕੰਮ ਕਰੇ, ਇਸ ਕਰਕੇ ਉਹ ਰਿਕਸ਼ੇ ਤੋਂ ਬੈਠਣ ਨੂੰ ਸੰਗਦੀ ਹੈ। ਜਦੋਂ ਬੰਤਾ ਉਸਨੂੰ ਘਰ ਦੇ ਮੂਹਰਿਓਂ ਰਿਕਸ਼ੇ 'ਚ ਬਿਠਾ ਕੇ ਜਾਣ ਦੀ ਗੱਲ ਕਰਦਾ, ਨਹੀਂ, ਕਹਿੰਦੀ ਮੈਂ ਅੱਗੇ ਜਾ ਕੇ ਚੜਾਂਗੀ, ਕਿਉਂਕਿ ਉਸਨੂੰ ਆਪਣੇ ਮੁਹੱਲੇ ਵਿੱਚ ਰਿਕਸ਼ੇ 'ਤੇ ਬੈਠਣ ਲੱਗਿਆਂ ਸੰਗ ਆਉਂਦੀ ਹੈ। ਫਿਰ ਆਪਣੇ ਵਿਹੜੇ ਵਿੱਚ ਲੇਟਿਆ ਲੇਟਿਆ ਜੋ ਬੰਤਾ ਹੈ ਨਾ, ਉਹ ਉਸ ਸਮੇਂ ਦੀ ਗੱਲ ਕਰਦੇ ਜਦੋਂ ਉਹਨਾਂ ਦੇ ਘਰ ਫੁੰਮਣ ਨਹੀਂ ਹੋਇਆ ਸੀ। ਉਹ ਬੰਤਾ, ਤਾਰੋ ਅਤੇ ਤਾਰੋ ਦੀ ਸੱਸ ਯਾਨੀ ਬੰਤੇ ਦੀ ਮਾਂ ਛੇਹਰਟਾ ਸਾਹਿਬ ਰਿਕਸ਼ੇ 'ਤੇ ਗਈਆਂ ਸੀ ਅਤੇ ਉਹਨਾਂ ਨੇ ਉੱਥੇ ਜਾ ਕੇ ਲੰਗਰ ਛਕਿਆ, ਦਰਸ਼ਨ ਕੀਤੇ ਅਤੇ ਉਸ ਤੋਂ ਬਾਅਦ ਉੱਥੇ ਖੁੱਲ੍ਹੀ ਥਾਂ ਧੁੱਪੇ, ਉਹ ਜੇ ਇਸੇ ਸਮੇਂ ਧੁੱਪੇ ਬੰਤਾ ਲੇਟ ਗਿਆ। ਉਸਨੂੰ ਬੜੀ ਗਹਿਰੀ ਨੀਂਦ ਆਈ, ਉਹ ਅੱਜ ਦੀ ਜੋ ਦੁਪਹਿਰ ਦੀ ਨੀਂਦ ਹੈ 1 ਜਨਵਰੀ ਦੀ, ਉਸ ਵਿੱਚੋਂ ਛੇਹਰਟਾ ਸਾਹਿਬ ਲਈ ਉਹ ਪੁਰਾਣੇ ਸਾਲਾਂ ਵਾਲੀ ਗੱਲ ਦੀ ਨੀਂਦ ਨੂੰ ਯਾਦ ਕਰਦਾ, ਚੇਤੇ ਕਰਦਾ। ਫਿਰ ਉਹਨੂੰ ਯਾਦ ਕਰਦਾ ਲੇਟਿਆ ਲੇਟਿਆ, ਉਸ ਘਰ ਵਿੱਚ ਹੀ ਲੇਟਿਆ ਲੇਟਿਆ, ਕਿ ਜਦੋਂ ਫੁੰਮਣ ਹੋਇਆ ਸੀ ਉਸ ਤੋਂ ਬਾਅਦ ਜਦੋਂ ਛੇਹਰਟਾ ਸਾਹਿਬ ਗਈਆਂ ਸੀ, ਕਿਉਂਕਿ ਉਹਨਾਂ ਨੇ ਸੁੱਖਣਾ ਸੁੱਖੀ ਸੀ, ਅਤੇ ਫੁੰਮਣ ਪਿੱਛੋਂ ਹੋਇਆ ਅਤੇ ਉਹ ਤਾਰੋ ਬਿਮਾਰ ਰਹਿਣ ਲੱਗ ਪਈ, ਨਵੀਆਂ ਨਵੀਆਂ ਬਿਮਾਰੀਆਂ ਉਸਨੂੰ ਆ ਲੱਗੀਆਂ। ਅਤੇ ਉਸ ਤੋਂ ਇਲਾਵਾ ਜਦੋਂ ਘਰ 'ਚ ਪੈਸੇ ਦੀ ਤੰਗੀ ਸੀ ਅਤੇ ਬੇਬੇ ਨਾਲ ਉਸਦੀ ਰੋਜ਼ ਹੀ ਲੜਾਈ ਹੁੰਦੀ ਸੀ, ਬੇਬੇ ਕਿਸੇ ਨਾ ਕਿਸੇ ਬਹਾਨੇ ਤਾਰੋ ਨੂੰ ਤਾੜਦੀ ਸੀ, ਤੰਗ ਕਰਦੀ ਸੀ, ਇਸ ਤਰ੍ਹਾਂ ਘਰ 'ਚ ਮਨਮੁਟਾਵ ਹੋ ਗਿਆ। ਹੁਣ ਜੋ ਬੰਤਾ ਸੀ ਉਹ ਸੋਚਦਾ ਸੀ ਵੀ ਦੋਨਾਂ ਵਿੱਚ ਪਿਆਰ ਰਹੇ, ਦੋਨੋਂ ਲੜਾਈ ਝਗੜਾ ਨਾ ਕਰਨ, ਪਰ ਜੋ ਘਰ ਦੀ ਗਰੀਬੀ ਹੈ ਉਹਨਾਂ ਨੇ ਘਰ ਵਿੱਚ ਕਲੇਸ਼ ਕਰਨਾ ਸ਼ੁਰੂ ਕਰ ਦਿੱਤਾ। ਜਿਹੜੇ ਉਹ ਸੋਚਦਾ ਵੀ ਮੈਨੂੰ ਲੱਗਦਾ ਵੀ ਕਮਾਈ ਦੇ ਸਾਧਨ ਥੋੜ੍ਹੇ ਹੋਰ ਵਧਾਉਣੇ ਪੈਣਗੇ, ਉਹਨੂੰ ਯਾਦ ਆਉਂਦਾ ਹੈ ਜਿਹੜੇ ਰਿਕਸ਼ੇ ਵਾਲੇ ਦੂਜੇ ਨੇ, ਜਿੱਦਾਂ ਫੱਤੂ ਰਿਕਸ਼ੇ ਵਾਲਾ ਹੈ, ਉਹ ਅਫੀਮ ਵੇਚ ਕੇ ਗੈਰ ਕਾਨੂੰਨੀ ਕੰਮ ਕਰਦਾ, ਪੈਸੇ ਕਮਾਉਂਦਾ। ਦੂਜਾ ਜਿਹੜਾ ਨੱਥੂ ਹੈ ਰਿਕਸ਼ੇ ਵਾਲਾ, ਉਹ ਸਵਾਰੀਆਂ ਦਾ ਸਮਾਨ ਚੋਰੀ ਕਰ ਲੈਂਦਾ, ਉਹਨੂੰ ਲੱਗਦਾ ਵੀ ਇਹ ਬੇਈਮਾਨੀ, ਇਹ ਘਟੀਆ ਕੰਮ ਹੈ, ਇਹ ਬੁਰੀ ਗੱਲ ਹੈ। ਫਿਰ ਉਹਨੂੰ ਆਪਣਾ ਦੋਸਤ ਕ੍ਰਿਸ਼ਨਾ ਵੀ ਇੱਕ ਰਿਕਸ਼ੇ ਵਾਲਾ ਯਾਦ ਆਉਂਦਾ ਜੋ ਚੰਗਾ ਹੈ, ਔਰ ਲੋਕਾਂ ਦੀ ਜੋ ਗਵਾਚੀਆਂ ਚੀਜ਼ਾਂ ਜਾਂ ਰਿਕਸ਼ੇ 'ਚ ਛੁੱਟੀਆਂ ਹੋਈਆਂ ਚੀਜ਼ਾਂ ਵਾਪਸ ਕਰ ਦਿੰਦਾ। ਇੱਕ ਵਾਰ ਤਾਂ ਉਸਨੇ ਕਿਸੇ ਨੂੰ ਭਰਿਆ ਥੈਲਾ ਵਾਪਸ ਕੀਤਾ ਸੀ, ਅਤੇ ਇਸ ਤਰ੍ਹਾਂ ਉਹ ਚਾਹੁੰਦਾ ਵੀ ਕ੍ਰਿਸ਼ਨੇ ਵਰਗਾ ਚੰਗਾ ਰਿਕਸ਼ੇ ਵਾਲਾ ਬਣੇ। ਹੁਣ ਉਸਨੂੰ ਉਹ ਵੀ ਗੱਲ ਯਾਦ ਆਉਂਦੀ ਹੈ ਜਦੋਂ ਇੱਕ ਵਾਰ ਘਰ ਦੇ ਕਲੇਸ਼ ਕਰਕੇ ਤਾਰੋ ਨੂੰ 1-2 ਤੱਫੇ ਮਾਰ ਬੈਠਾ, ਉਸਨੂੰ ਕੁੱਟ ਬੈਠਾ, ਅਤੇ ਫਿਰ ਉਸਨੂੰ ਬੜੀ ਸ਼ਰਮ ਆਈ, ਕਿਉਂਕਿ ਜਦੋਂ ਉਸਦਾ ਬਾਪੂ ਉਸਦੀ ਬੇਬੇ ਨੂੰ ਕੁੱਟਦਾ ਸੀ ਤਾਂ ਉਸਨੂੰ ਬੜਾ ਬੁਰਾ ਮਹਿਸੂਸ ਹੁੰਦਾ ਸੀ। ਬਾਹਰ ਜਾਂਦਾ, ਸਿਗਰਟ ਪੀਂਦਾ, ਔਰ ਬਾਹਰ ਜਾ ਕੇ ਸੋਚਦਾ ਕਿ ਮੈਂ ਇਸਨੂੰ ਬੜਾ ਨਾ ਉਹ ਤੰਗ ਕੀਤਾ, ਇਸਨੂੰ ਬੜਾ ਦੁੱਖ ਪਹੁੰਚਾਇਆ, ਘਰ ਆ ਕੇ ਮਾਫ਼ੀ ਮੰਗਣਾ ਚਾਹੁੰਦਾ। ਪਰ ਉਹ ਜਿਹੜੀ ਤਾਰੋ ਦੀ ਕੁੱਟ ਹੈ ਉਸ ਕਰਕੇ ਤਾਰੋ ਉਸ ਨਾਲ ਹਮੇਸ਼ਾ ਲਈ ਨਾਰਾਜ਼ ਹੋ ਗਈ, ਚੁੱਪ ਰਹੀ। ਪਹਿਲੀ ਗੱਲ ਤਾਂ ਇਹ ਹੈ ਕਿ ਬੰਤੇ ਦੀ ਮਾਂ ਨੇ ਉਸਦੇ ਵਿਆਹ ਵਾਲੇ ਟਰੰਕ ਵਿੱਚੋਂ ਸਾਰੇ ਦਾਜ ਦਾ ਸਮਾਨ ਕੱਢੇ, ਆਪਣੀ ਕੁੜੀਆਂ ਨੂੰ ਵੰਡਤਾ, ਉਹ ਫਿਰ ਵੀ ਖੁਸ਼ ਨਹੀਂ ਹੋਈਆਂ। ਇਸ ਗੱਲ ਨੂੰ, ਇਸ ਗਮ ਨੂੰ ਤਾਰੋ ਨੇ ਆਪਣੇ ਮਨ 'ਤੇ ਲਾ ਲਿਆ। ਦੂਜੀ ਗੱਲ, ਜਦੋਂ ਬਿਨਾਂ ਕਾਰਨ ਬੰਤੇ ਨੇ ਆਪਣੀ ਵੋਟੀ ਤਾਰੋ ਨੂੰ ਧੌਲ ਧੱਫੇ ਮਾਰੇ ਤਾਂ ਉਹ ਹਮੇਸ਼ਾ ਲਈ ਉਸ ਤਰ੍ਹਾਂ ਨਾਰਾਜ਼ ਹੋ ਗਈ। ਹੁਣ ਉਹ ਕਹਿੰਦੇ ਤੈਨੂੰ ਕੀ ਚਾਹੀਦਾ? ਕੁਛ ਨਹੀਂ ਚਾਹੀਦਾ। ਤੈਨੂੰ ਝੱਗਾ ਨਵਾਂ ਸਵਾਲ ਹੈ? ਨਹੀਂ। ਕੋਈ ਚੀਜ਼ ਲੈ ਦੇਵਾਂ? ਨਹੀਂ। ਕੀ ਚਾਹੀਦਾ? ਨਹੀਂ। ਇਸ ਤਰ੍ਹਾਂ ਉਹ ਬੰਤੇ ਦੀ ਹਰ ਗੱਲ ਦਾ ਜਵਾਬ ਨਹੀਂ ਦਿੰਦੀ, ਇਹਦਾ ਮਤਲਬ ਉਸਦਾ ਸਦਾ ਲਈ ਉਹ ਨਾਰਾਜ਼ ਹੈ। ਇਸ ਗੱਲ ਦਾ ਜੋ ਬੰਤਾ ਹੈ ਉਹ ਬੜਾ ਫੀਲ ਕਰਦਾ, ਬੜਾ ਮਹਿਸੂਸ ਕਰਦਾ। ਹੁਣ ਉਹ ਕੀ ਕਰਦਾ? ਆਪਣੀ ਘਰ ਵਾਲੀ ਨੂੰ ਕੁੱਟ ਕੇ, ਤਾਰੋ ਨੂੰ ਕੁੱਟ ਕੇ, ਅਤੇ ਬੜਾ ਅਪਸੈਟ ਹੋ ਕੇ, ਬੜਾ ਉਦਾਸ ਹੋ ਕੇ ਆਪਣੇ ਦੋਸਤ ਦੇ ਘਰ, ਦਿਆਲੇ ਦੇ ਘਰ ਚਲ ਜਾਂਦਾ, ਜੋ ਡੈਮਗੰਜ ਵਾਲੀ ਜਗ੍ਹਾ 'ਤੇ ਅੰਮ੍ਰਿਤਸਰ ਵਿੱਚ ਰਹਿੰਦਾ। ਹੁਣ ਉਹ ਦਿਆਲਾ ਕਿਸ ਤਰ੍ਹਾਂ ਦਾ? ਇਸ ਤਰ੍ਹਾਂ ਦਾ ਵੀ ਉਹਦੀ ਵੋਟੀ ਉਸਦੇ ਘਰੋਂ ਗਈ ਹੋਈ ਹੈ, ਕਿਉਂਕਿ ਬੜਾ ਮਾਰ ਕੁਟਾਈ ਕਰਦਾ ਸੀ। ਹੁਣ ਉਹ ਵੈਲੀ ਹੈ, ਮਨਮੌਜੀ ਜਿਹਾ ਹੈ, ਔਰ ਪਰਵਾਹ ਨਹੀਂ ਕਰਦਾ, ਔਰ ਬਹੁਤ ਗਾਣੇ ਗਾਉਂਦਾ ਰਹਿੰਦਾ, ਹੀਰ ਗਾਉਂਦਾ, ਇਸ ਤਰ੍ਹਾਂ ਉਹ ਬੇਫਿਕਰ ਜਿਹਾ ਹੈ। ਅਤੇ ਉਹ ਜਿਹੜਾ ਦੋਸਤ ਹੈ ਬੰਤੇ ਦਾ, ਉਸਦੇ ਘਰ ਜਾਂਦਾ, ਸਾਰੀਆਂ ਗੱਲਾਂ ਹੁੰਦੀਆਂ, ਫਿਰ ਉਹ ਕਹਿੰਦਾ ਵੀ ਬੈਠ ਕੇ ਪੀਂਦੇ ਹੈ, ਫਿਰ ਉਸਨੂੰ ਆਪ ਆਪਣੇ ਰਿਕਸ਼ੇ 'ਤੇ ਛੱਡ ਕੇ ਦਿਆਲਾ ਉਸਨੂੰ ਘਰ ਜਾਂਦਾ। ਅਤੇ ਉਸਨੂੰ ਦਿਆਲੇ ਦਾ ਸੁਭਾਅ ਬੜਾ ਚੰਗਾ ਲੱਗਦਾ, ਕਿਉਂਕਿ ਉਹ ਬੇਫਿਕਰ ਰਹਿੰਦਾ, ਉਹ ਹਮੇਸ਼ਾ ਆਜ਼ਾਦ ਪੰਛੀ ਰਹਿਣਾ ਚਾਹੁੰਦਾ। ਹੁਣ ਜਦੋਂ ਘਰ ਆ ਕੇ ਦਰਵਾਜ਼ਾ ਖੜਕਾਉਂਦਾ, ਤਾਰੋ ਬੜੇ ਦੇਰ ਖੜਕਾਉਣ ਤੋਂ ਬਾਅਦ, ਦਰਵਾਜ਼ਾ ਖੜਕਾਉਣ ਤੋਂ ਬਾਅਦ ਦਰਵਾਜ਼ਾ ਖੋਲ੍ਹਦੀ ਹੈ, ਉਹਦੀਆਂ ਗੱਲਾਂ ਦਾ ਜਵਾਬ ਨਹੀਂ ਦਿੰਦੀ, ਕਿਉਂਕਿ ਇਸਨੂੰ ਦੋ ਸੱਲ ਨੇ, ਦੋ ਗਮ ਨੇ, ਇੱਕ ਤਾਂ ਮਾਰ ਦਾ, ਦੂਜਾ ਦਾਜ ਦੇ ਗੁਆਚਣ ਦਾ।
ਇਸ ਤਰ੍ਹਾਂ ਉਹ ਫਿਰ ਦੁਬਾਰਾ ਪ੍ਰੈਜ਼ੈਂਟ ਵਿੱਚ ਵਾਪਸ ਆਉਂਦਾ, 1 ਜਨਵਰੀ ਵਿੱਚ ਉਸਦੀ ਯਾਦ ਵਾਪਸ ਆਉਂਦੀ ਹੈ। ਉਹਨੂੰ ਲੱਗਦਾ ਹੁਣ ਸ਼ਾਮ ਬਹੁਤ ਹੋ ਚੁੱਕੀ ਹੈ, ਬਹੁਤ ਮੈਂ ਆਰਾਮ ਕਰ ਲਿਆ। ਅਜੇ ਸਾਰੀਆਂ ਗੱਲਾਂ ਦੱਸੀਆਂ ਉਹ ਲੇਟੇ ਲੇਟੇ ਯਾਦ ਕਰ ਰਿਹਾ ਸਾਰੀਆਂ ਗੱਲਾਂ, ਅਤੇ ਉਹ ਸ਼ਾਮ 4 ਵੱਜ ਚੁੱਕੇ ਨੇ, ਬਹੁਤ ਚਿਰ ਹੋ ਗਿਆ, ਹੁਣ ਮੈਂ ਫਿਰ ਸਵਾਰੀਆਂ ਫੜਨ ਜਾਂਦਾ। ਇਸ ਤੋਂ ਬਾਅਦ ਇਸ ਨਾਵਲ ਦਾ 3ਜਾ ਪਾਠ ਸ਼ੁਰੂ ਹੁੰਦਾ, ਉਹ ਹੈ ਸ਼ਾਮ ਦਾ ਸਮਾਂ, ਜਿਸ ਸਮੇਂ ਕਿ ਉਹ ਸਵਾਰੀਆਂ ਲੈਣ ਲਈ ਜਾਂਦਾ। ਉਸਨੂੰ ਪਤਾ ਲੱਗਦਾ ਕਿ ਜੋ ਸਮਾਂ ਹੈ ਉਹ ਨਵੇਂ ਸਾਲ ਦਾ ਹੈ, ਲੋਕ ਵਧਾਈਆਂ ਦੇ ਰਹੇ ਨੇ, ਲੋਕ ਬੜੇ ਖੁਸ਼ ਨੇ, ਲੋਕ ਨਸ਼ੇ ਕਰਨਾ ਚਾਹੁੰਦੇ ਨੇ। ਇਸ ਤਰ੍ਹਾਂ ਜੋ ਸਾਰੀ ਗੱਲਬਾਤ ਹੈ ਅਸੀਂ ਅਗਲੇ ਪਾਠ ਵਿੱਚ 3ਜੇ ਪਾਠ ਯਾਨੀ ਸ਼ਾਮ ਦੇ ਸਮੇਂ ਵਿੱਚ ਦੇਖਦੇ ਹਾਂ। ਇਹ ਜੋ ਸਾਰਾ ਨਾਵਲ ਹੈ ਇਹ ਸਵੇਰ ਦੁਪਹਿਰ ਔਰ ਸ਼ਾਮ ਦੇ ਸਾਰੇ 3 ਪੋਰਸ਼ਨਸ ਵਿੱਚ, 3 ਭਾਗਾਂ ਵਿੱਚ ਸਿਮਟ ਕੇ ਔਰ ਇੱਕ ਦਿਨ 1 ਜਨਵਰੀ ਦਾ ਹੀ ਸਾਰਾ ਦ੍ਰਿਸ਼ ਪੇਸ਼ ਕਰਦਾ। ਇਸ ਨਾਵਲ ਦਾ ਜੋ ਅੰਤਲਾ ਭਾਗ ਹੈ ਉਹ ਸ਼ਾਮ ਨਾਲ ਰਿਲੇਟਿਡ ਹੈ, ਸ਼ਾਮ ਨਾਲ ਸੰਬੰਧਿਤ ਹੈ। ਹੁਣ ਜੋ ਬੰਤਾ ਹੈ ਉਹ ਸਵੇਰੇ ਨਿਕਲਿਆ, 5 ਵਜੇ ਉੱਠ ਕੇ 6 ਵਜੇ ਦੀ ਕਾਲਕਾ ਮੇਲ ਦੀਆਂ ਸਵਾਰੀਆਂ ਫੜਦੀਆਂ ਸੀ। ਇਹਨਾਂ ਸਵਾਰੀਆਂ ਦੇ ਵਿਚਕਾਰ ਉਸਨੂੰ ਬਹੁਤ ਸਾਰੀਆਂ ਸਵਾਰੀਆਂ ਮਿਲੀਆਂ, ਜਿਸ ਨਾਲ ਉਸਦਾ ਜੋ ਦੁਪਹਿਰ ਤੱਕ ਉਸਨੂੰ ਕਾਫੀ ਸਾਰੀ ਕਮਾਈ ਹੋ ਗਈ, ਘਰ ਜਾਂਦਾ, ਰੋਟੀ ਖਾਂਦਾ ਔਰ ਲੇਟ ਜਾਂਦਾ। ਉਸ ਲੇਟਣ ਦੇ ਵਿੱਚ ਦੁਪਹਿਰ ਦੇ ਸਮੇਂ ਉਸਨੂੰ ਬਹੁਤ ਸਾਰੇ ਖਿਆਲਾਤ ਆਉਂਦੇ ਹੈ, ਜਿਹੜੇ ਕਿ ਉਸਦੇ ਪ੍ਰੈਜ਼ੈਂਟ ਔਰ ਪਾਸਟ ਯਾਨੀ ਵਰਤਮਾਨ ਔਰ ਭੂਤਕਾਲ ਨਾਲ ਸੰਬੰਧਿਤ ਨੇ, ਔਰ ਉਹ ਚੰਗੇ ਜੀਵਨ ਦੀ ਕਾਮਨਾ ਕਰਦਾ। ਹੁਣ ਜਦੋਂ ਅਸੀਂ ਸ਼ਾਮ ਦੀ ਗੱਲ ਕਰਦੇ ਹਾਂ ਤਾਂ ਉਹ ਰੋਟੀ ਖਾ ਕੇ ਆਰਾਮ ਕਰਕੇ ਜਦੋਂ ਸ਼ਾਮੀ 4 ਵਜੇ ਨਿਕਲਦਾ ਆਪਣਾ ਰਿਕਸ਼ਾ ਲੈ ਕੇ, ਉਹਨੂੰ ਪਤਾ ਨਹੀਂ ਲੱਗਦਾ ਮੈਂ ਕਿਸ ਪਾਸੇ ਜਾਵਾਂ, ਫਿਰ ਉਹਦਾ ਰਿਕਸ਼ਾ ਜਿਹੜਾ ਪੁਤਲੀ ਘਰ ਵੱਲ ਮੁੜ ਜਾਂਦਾ ਹੈ। ਪੁਤਲੀ ਘਰ ਜਦੋਂ ਜਾਂਦਾ ਹੈ ਉਹ ਫਿਰ ਉਹਨੂੰ ਰਸਤੇ ਯਾਦ ਆਉਂਦਾ ਹੈ, ਉਹਦਾ ਵਿਆਹ ਜਦੋਂ ਹੋਇਆ ਸੀ ਤਾਂ ਤਾਰੋ ਸਭ ਤੋਂ ਸੋਹਣੀ ਲੱਗਦੀ, ਉਹ ਬੜੀ ਉਹਦੀਆਂ ਭੋਲਾ ਚਿਹਰਾ, ਮੋਟੀਆਂ ਮੋਟੀਆਂ ਅੱਖਾਂ, ਇੱਦਾਂ ਦੀ ਕੋਈ ਕੁੜੀ ਉਸ ਜਿਹੜਾ ਉਸ ਰਿਸ਼ਤੇ ਵਿੱਚ ਨਹੀਂ ਸੀ, ਉਹਨੂੰ ਬੜੀ ਚੰਗੀ ਲੱਗਦੀ। ਉਹਦੀ ਭਰਜਾਈ ਮਸਖਰੀਆਂ ਕਰਦੀ ਹੈ ਕਿ ਉਹ ਤਾਰੋ ਨੂੰ ਹੱਥ ਨਾ ਲਾਵੇ, ਹੱਥ ਧੋ ਕੇ ਜਿਹੜਾ ਉਸਨੂੰ ਛੂਏ, ਕਿਉਂਕਿ ਗੰਦੀ ਹੋ ਜਾਵੇਗੀ, ਉਹ ਮੈਲੀ ਹੋ ਜਾਵੇਗੀ। ਹੁਣ ਭਰਜਾਈ ਵੀ ਬਹੁਤ ਸੋਹਣੀ ਲੱਗਦੀ ਹੈ, ਭਰਜਾਈ ਉਸ ਨਾਲ ਮਖੌਲ ਕਰਦੀ ਹੈ, ਚੂੰਡੀਆਂ ਵੜਦੀ ਹੈ, ਉਸਨੂੰ ਧੱਫੇ ਮਾਰਦੀ ਹੈ, ਉਹਨੂੰ ਬੜਾ ਚੰਗਾ ਲੱਗਦਾ। ਭਰਜਾਈ ਦਾ ਹਾਸਾ ਉਸਨੂੰ ਹੁਣ ਤੱਕ ਯਾਦ ਹੈ, ਥੋੜ੍ਹੀ ਸ਼ਰਾਬ ਪੀ ਕੇ ਫਿਰ ਉਹ ਜਿਹੜਾ ਨਾ ਤਾਰੋ ਕੋਲ ਚਲਾ ਜਾਂਦਾ। ਤਾਰੋ ਨੂੰ ਸ਼ਰਾਬ ਦੀ ਬੋ ਆਉਂਦੀ, ਉਸਨੂੰ ਪਰੇ ਤੱਕਦੀ ਹੈ, ਫਿਰ ਉਸਨੂੰ ਭਰਜਾਈ ਦੀਆਂ ਗੱਲਾਂ ਯਾਦ ਆਉਂਦੀਆਂ। ਸਵੇਰੇ ਉਹ ਤਿਆਰ ਹੋ ਕੇ ਗੁਰਦੁਆਰੇ ਜਾਂਦੇ ਨੇ, ਫਿਰ ਬੰਤਾ ਯਾਦ ਕਰਦਾ ਹੈ ਕਿ ਜੋ ਤਾਰੋ ਦਾ ਰੂਪ ਸੀ ਬੜਾ ਚੜ੍ਹਿਆ ਰੂਪ ਸੀਗਾ, ਯਾਨੀ ਬਹੁਤ ਸੋਹਣੀ ਲੱਗ ਰਹੀ ਸੀ, ਅਤੇ ਉਹਦੀ ਭਰਜਾਈ ਵੀ ਉਸ ਵਰਗੀ ਸੋਹਣੀ ਲੱਗ ਰਹੀ ਸੀ। ਪਰ ਉਹ ਇਹ ਸੋਚਦਾ ਹੈ ਭਰਜਾਈ ਤਾਂ ਹੁਣ ਤੱਕ ਸੋਹਣੀ ਹੈ, ਉਸਨੂੰ ਜਿਹੜਾ ਹੈ ਨਾ ਉਹ ਹਜੇ ਤੱਕ ਹਜੇ ਤੱਕ ਭਰਜਾਈ ਨਾਲ ਗੱਲ ਕਰਨ ਦਾ ਚਾਅ ਰੱਖਦਾ ਹੈ, ਪਰੰਤੂ ਤਾਰੋ ਦੀ ਜਵਾਨੀ ਢਲ ਚੁੱਕੀ ਹੈ। ਕਿਉਂ? ਦਿਮਾਗੀ ਟੈਨਸ਼ਨ। ਕਿਹੜੀ ਟੈਨਸ਼ਨ? ਇੱਕ ਤਾਂ ਉਹਦਾ ਦਾਜ ਚੁਰਾ ਲਿਆ ਗਿਆ, ਦੂਜਾ ਉਸਨੂੰ ਬੰਤੇ ਨੇ ਧੱਫਾ ਮਾਰਿਆ, ਉਸਨੂੰ ਧੱਕਾ ਮਾਰਿਆ, ਥੱਪੜ ਮਾਰੇ। ਇਹ ਜਿਹੜੀਆਂ ਫਾਲਤੂ ਦੀਆਂ ਜਿਹੜੀਆਂ ਬਹੁਤ ਛੋਟੀਆਂ ਗੱਲਾਂ ਸੀ, ਇਸ ਨੂੰ ਆਪਣੇ ਸੋਚ ਵਿੱਚ ਰੱਖ ਕੇ ਉਸਨੇ ਆਪਣੀ ਸਾਰੀ ਉਮਰ ਗਲਾ ਲਈ ਤਾਰੋ ਨੇ। ਇਸ ਗੱਲ ਦਾ ਜੋ ਅਸਰ ਹੈ ਸਾਰੇ ਪਰਿਵਾਰ 'ਤੇ ਪੈਂਦਾ। ਉਸ ਤੋਂ ਬਾਅਦ ਸਾਨੂੰ ਪਤਾ ਲੱਗਦਾ ਕਿ ਉਹ ਜਦੋਂ ਬਾਹਰ ਨਿਕਲਦਾ ਅਤੇ ਉੱਥੇ ਇੱਕ ਦਿਆਲਾ ਉਹਦਾ ਜਿਹੜਾ ਦੋਸਤ ਹੈ, ਜਿਸ ਬਾਰੇ ਗੱਲ ਚੱਲ ਚੁੱਕੀ ਹੈ ਕਿ ਆਪਣੀ ਵੋਟੀ ਉਸਦੀ ਪੇਕੇ ਜਾ ਚੁੱਕੀ ਆ, ਮੌਜ ਮਸਤੀ ਰਹਿੰਦਾ, ਉਹ ਕਹਿੰਦਾ ਤੂੰ ਖੁਸ਼ ਕਿੱਦਾਂ ਰਹਿਣਾ? ਕਹਿੰਦਾ ਮੇਰਾ ਸਵਾਈ ਖੁਸ਼ ਰਹਿਣਾ। ਇਸ ਕਰਕੇ ਉਹਨੂੰ ਦਿਆਲਾ ਬੜਾ ਚੰਗਾ ਲੱਗਦਾ। ਫਿਰ ਦਿਆਲਾ ਕਿਸੇ ਪ੍ਰੋਫੈਸਰ ਇਸਤਰੀ ਨੂੰ ਛੱਡ ਕੇ ਆਇਆ, ਉਹ ਕਹਿੰਦਾ ਦਿਆਲਾ ਆਪਣੇ ਬੰਤੇ ਯਾਰ ਨਾਲ ਗੱਲ ਕਰਦਾ ਹੈ ਕਿ ਉਹ ਲੱਗਦੀ ਨਹੀਂ ਕਿ ਇਹ 2 ਬੱਚਿਆਂ ਦੀ ਮਾਂ, ਉਹ ਇੰਨੀ ਕੁੜੀ ਵਰਗੀ ਲੱਗਦੀ ਹੈ, ਸੋਹਣੀ ਲੱਗਦੀ ਹੈ। ਤਾਂ ਉਹ ਕਹਿੰਦਾ ਇਸਦਾ ਰਾਜ ਹੈ ਕਿ ਉਸਦੀ ਸਿਹਤ ਦਾ ਰਾਜ ਹੈ ਕਿ ਕਮਾਊ ਹੈ। ਇਹਦਾ ਮਤਲਬ ਸੈਂਟਰਲ ਜੋ ਥੀਮ ਚੱਲ ਰਿਹਾ ਦੋਨਾਂ ਦੇ ਦਿਮਾਗ ਵਿੱਚ, ਜੇ ਬੰਦੇ ਕੋਲ ਪੈਸੇ ਹੋਣ, ਕਮਾਈ ਹੋਵੇ, ਤਾਂ ਉਹ ਹਮੇਸ਼ਾ ਨਿਰੋਗ ਜਾਂ ਤੰਦਰੁਸਤ ਜਾਂ ਜਵਾਨ ਰਹਿ ਸਕਦਾ। ਇਹ ਵਾਕਈ ਸੋਚ ਜਾਂ ਵਾਕਈ ਇਹ ਫੈਕਟ ਹੈ, ਇਹ ਅਸਲ ਗੱਲ ਹੈ ਕਿ ਜੇ ਬੰਦੇ ਕੋਲ ਕਮਾਈ ਦੇ ਚੰਗੇ ਸਾਧਨ ਹੋਣ, ਉਸਦੀ ਸਿਹਤ ਠੀਕ ਰਹਿੰਦੀ ਹੈ, ਉਸਦਾ ਆਲਾ ਦੁਆਲਾ ਠੀਕ ਰਹਿੰਦਾ, ਅਤੇ ਉਹ ਜਿਹੜਾ ਜ਼ਿੰਦਗੀ 'ਚ ਬਹੁਤ ਸਾਰੀਆਂ ਖੁਸ਼ੀਆਂ ਪੈਸੇ ਨਾਲ ਖਰੀਦ ਸਕਦਾ। ਇਸ ਗੱਲ ਤੋਂ ਜਿਹੜੇ ਦਿਆਲਾ ਔਰ ਜੋ ਬੰਤਾ ਉਹ ਸਹਿਮਤ ਨੇ। ਹੁਣ ਪਤਾ ਲੱਗਦਾ ਹੈ ਕਿ ਦੋਹਾਂ ਦੀ ਮਿਹਨਤ ਤਾਂ ਬਹੁਤ ਹੈ ਪਰ ਮਿਹਨਤ ਪੂਰੀ ਨਹੀਂ ਪੈਂਦੀ, ਅਤੇ ਹੁਣ ਉਹਨਾਂ ਦੀ ਰਿਕਸ਼ੇ ਵਿੱਚ, ਬੰਤੇ ਦੇ ਰਿਕਸ਼ੇ ਵਿੱਚ ਇੱਕ ਸਵਾਰੀ ਬੈਠਦੀ, ਬੁੱਢਾ ਹੈ, ਜਿਹੜੀ ਉਸਦੀ ਬੁੱਢੀ ਹੈ, ਉਸਦਾ ਸਰਕਾਰੀ ਹਸਪਤਾਲ 'ਚ ਅੱਖਾਂ ਦਾ ਓਪਰੇਸ਼ਨ ਹੋਣਾ। ਹੁਣ ਉਹ ਬੁੱਢਾ ਇਸ ਗੱਲ 'ਤੇ ਗਿੱਲਾ ਕਰਦਾ, ਸ਼ਿਕਾਇਤ ਕਰਦਾ, ਰੁਸਵਾਈ ਕਰਦਾ ਕਿ ਉਸ ਨੇ ਡਾਕਟਰਾਂ ਦੀ ਮੁੱਠੀ ਗਰਮ ਕਰਨੀ ਪਈ ਆਪਣੀ ਘਰਵਾਲੀ ਦੇ ਅੱਖਾਂ ਦੇ ਓਪਰੇਸ਼ਨ ਦੇ ਲਈ। ਅਤੇ ਹੁਣ ਉਹ ਕਹਿੰਦਾ ਹੈ ਕਿ ਜਿਹੜੀ ਬੁੱਢਾ ਪਤੀ ਹੈ ਨਾ, ਅਤੇ ਉਹ ਜਿਹੜਾ ਨਾ ਉਹ ਆਪਣੇ ਇਸ ਗਰੀਬੀ 'ਤੇ, ਕਿਉਂਕਿ ਉਸ ਕੋਲ ਰਿਸ਼ਵਤ ਲਈ ਜਿਹੜਾ ਨਾ ਪੈਸੇ ਨਹੀਂ ਹੈ, ਅਤੇ ਉਹ ਇਸ ਗੱਲ ਨੂੰ ਕਰਦਾ ਕਰਦਾ ਅਤੇ ਉਸ ਰਿਕਸ਼ੇ ਤੋਂ ਉਤਰ ਜਾਂਦਾ, ਸਵਾਰੀ ਉਤਰ ਜਾਂਦੀ ਹੈ। ਅੱਗੇ ਇੱਕ ਹੋਰ ਜੋੜਾ ਉਸਦੇ ਰਿਕਸ਼ੇ ਵਿੱਚ ਚੜ੍ਹਦਾ ਹੈ, ਇਸਤਰੀ ਹੈ, ਛੋਟੀ ਉਮਰ ਦੀ ਹੈ, ਪਤੀ ਉਸਦਾ ਬੁੱਢਾ ਹੈ, ਅਤੇ ਉਹ ਜਿਹੜੀ ਹੈ ਨਾ ਗੱਲਬਾਤ ਤੋਂ ਪਤਾ ਇੱਦਾਂ ਲੱਗਦਾ, ਲਿਖਿਆ ਤਾਂ ਨਹੀਂ ਹੈ ਪਰ ਪਤਾ ਲੱਗਦਾ ਕਿ ਇਸ ਬੁੱਢੇ ਨੇ ਸ਼ਾਇਦ ਦੂਜਾ ਵਿਆਹ ਕਰਾਇਆ ਛੋਟੀ ਉਮਰ ਦੀ ਕੁੜੀ ਦੇ ਨਾਲ, ਜਿਹੜੀ ਉਸ ਬੁੱਢੇ ਦੀ ਕੁਸਮ ਜਿਹੜੀ ਕੁੜੀ ਹੈ ਔਰ ਰਾਜੂ ਪੁੱਤਰ ਹੈ, ਇਹ ਉਸਦੇ ਆਪਣੇ ਹਾਣ ਦੇ ਨੇ।
ਹੁਣ ਇਹ ਪਤਾ ਲੱਗਦਾ ਹੈ ਕਿ ਜਿਹੜੀ ਕੁਸਮ ਹੈ ਨਾ, ਜਦੋਂ ਉਹਨੂੰ ਮੰਮੀ ਮੰਮੀ ਕਹਿੰਦੀ ਹੈ ਤਾਂ ਉਹਨੂੰ ਬੜੀ ਸ਼ਰਮ ਆਉਂਦੀ ਹੈ, ਇਸ ਕਰਕੇ ਉਹਨੂੰ ਮੰਮੀ ਨਹੀਂ ਕਹਿੰਦੀ ਜ਼ਿਆਦਾਤਰ। ਅਤੇ ਜਿਹੜਾ ਉਸਦਾ ਪੁੱਤਰ ਰਾਜੂ ਹੈ, ਉਸਦਾ ਇੱਕ ਯਾਨੀ ਇੰਨੇ ਮਹੀਨੇ 6 ਮਹੀਨੇ ਹੋ ਗਏ ਨੇ ਵਿਆਹ ਨੂੰ, ਔਰ ਰਾਜੂ ਦਾ ਆਪਣੀ ਮਾਂ ਨੂੰ ਸਕੂਟਰ 'ਤੇ ਘੁਮਾਉਂਦਾ ਚਾਅ ਹੀ ਨਹੀਂ ਪੂਰਾ ਹੁੰਦਾ, ਘਰ ਗੱਡੀ ਖੜ੍ਹੀ ਰਹਿੰਦੀ ਹੈ। ਅਤੇ ਇੱਕ ਵਾਰ ਉਹ ਜਿਹੜੀ ਔਰਤ ਕਹਿੰਦੀ ਕਿ ਉਹ ਸਕੂਟਰ ਤੋਂ ਡਿੱਗਦੇ ਮਸਾਂ ਬੱਚੀ, ਬੁੱਢਾ ਕਹਿੰਦਾ ਤੂੰ ਧਿਆਨ ਨਾਲ ਰਿਹਾ ਕਰ, ਸਕੂਟਰ 'ਤੇ ਨਾ ਜਾਇਆ ਕਰ। ਉਹ ਕਹਿੰਦਾ ਨਹੀਂ, ਘਰ ਗੱਡੀ ਖੜ੍ਹੀ ਹੋਣ ਦੇ ਬਾਵਜੂਦ ਵੀ ਜੋ ਰਾਜੂ ਹੈ ਮੈਨੂੰ ਸਕੂਟਰ 'ਤੇ ਲੈ ਜਾ। ਇਹਦਾ ਮਤਲਬ ਉਹ ਜੋ ਰਾਜੂ ਪੁੱਤਰ ਹੈ ਉਹਦਾ ਆਪਣੀ ਜਿਹੜੀ ਜਵਾਨ ਮਾਂ ਹੈ ਉਹਦੇ ਵੱਲ ਜਿਹੜਾ ਖਾਸ ਧਿਆਨ ਹੈ, ਜਿਹੜੀ ਕੁਸਮ ਹੈ ਆਪਣੀ ਮਾਂ ਨਾਲ ਹਿਲ ਮਿਲ ਕੇ ਉਹ ਰਾਜੀ ਨਹੀਂ ਹੈ। ਇਸ ਦਾ ਮਤਲਬ ਜੋ ਇਸਤਰੀ ਹੈ ਉਹ ਆਪਣੇ ਬੁੱਢੇ ਪਤੀ ਨੂੰ ਆਪਣੀਆਂ ਗੱਲਾਂ ਦੱਸਦੀ ਹੈ, ਆਪਣੇ ਐਕਸਪੀਰੀਅੰਸ ਦੱਸਦੀ ਹੈ, ਔਰ ਜੋ ਬੁੱਢਾ ਪਤੀ ਉਸ ਨੂੰ ਕਈ ਸਾਰੀਆਂ ਗੱਲਾਂ ਦੱਸਦਾ। ਫਿਰ ਉਹ ਕਹਿੰਦਾ ਵੀ ਉਹ ਤੇਰੇ ਲਈ ਮੈਂ ਤੇਰੇ ਲਈ ਬੰਬਈ ਤੋਂ ਇੱਕ ਨੈਕਲੈਸ ਮੰਗਵਾਇਆ ਬਹੁਤ ਮਹਿੰਗਾ, ਔਰ ਅਸੀਂ ਹੁਣ ਜੋ ਤੂੰ ਕਹਿੰਗੇ ਉਹ ਕਰਾਂਗੇ, ਔਰ ਅਸੀਂ ਸ਼ਿਮਲੇ ਇੱਕ ਕੋਠੀ ਲੈਣ ਬਾਰੇ ਵੀ ਗੱਲ, ਜਦੋਂ ਅਸੀਂ ਗਰਮੀਆਂ ਵਿੱਚ ਕਿਤੇ ਜਾਈਏ ਤਾਂ ਸ਼ਿਮਲੇ ਵਾਲੀ ਕੋਠੀ 'ਚ ਜਾ ਕੇ ਰਹੀਏ। ਇਸ ਤਰ੍ਹਾਂ ਇਸ ਅੱਜ ਦੇ 1 ਜਨਵਰੀ ਵਾਲੇ ਦਿਨ ਇਹ ਜੋ ਪਤੀ ਪਤਨੀ ਯਾਨੀ ਪਤੀ ਬੁੱਢਾ ਔਰ ਪਤਨੀ ਨਵੀਂ ਹੈ, ਉਸਦੀ 6 ਮਹੀਨੇ ਉਸਦੇ ਵਿਆਹ ਨੂੰ ਹੋਏ ਨੇ, ਇਹ ਆਪਣੇ ਜੀਵਨ ਦੀਆਂ ਗੱਲਾਂ ਕਰਦੇ ਨੇ। ਪਤਾ ਲੱਗਦਾ ਵੀ ਜ਼ਿੰਦਗੀ ਵਿੱਚ ਕਿੰਨੇ ਤਰ੍ਹਾਂ ਦੇ ਆਯਾਮ, ਕਿੰਨੇ ਤਰ੍ਹਾਂ ਦੇ ਡਾਇਮੈਂਸ਼ਨਸ ਨੇ ਜ਼ਿੰਦਗੀ ਵਿੱਚ ਰਿਸ਼ਤਿਆਂ ਦੇ। ਕਿਤੇ ਬੁੱਢਾ ਔਰ ਕਿਤੇ ਗਰੀਬੀ, ਕਿਤੇ ਆਪਸ ਬਣਦੀ ਨਹੀਂ ਹੈ, ਕਿਤੇ ਸ਼ਰਾਬ ਹੈ, ਕਿਸੇ ਪਤਨੀ ਨੂੰ ਛੱਡਣਾ, ਯਾਨੀ ਜ਼ਿੰਦਗੀ ਵਿੱਚ ਇਤਨੇ ਸਾਰੇ ਜਿਹੜੇ ਖਲਾਰੇ ਪਏ ਨੇ। ਔਰ ਚੜ੍ਹਿਆ ਨਵਾਂ ਸਾਲ, ਨਵਾਂ ਸਾਲ ਕਿਸ ਲਈ ਕਿਸ ਤਰ੍ਹਾਂ ਦਾ ਮਹੱਤਵ ਰੱਖਦਾ ਹੈ, ਇਹ ਅਲੱਗ ਅਲੱਗ ਬੰਦੇ ਲਈ ਅਲੱਗ ਅਲੱਗ ਤਰ੍ਹਾਂ ਦਾ ਮਹੱਤਵ ਰੱਖਦਾ। ਫਿਰ ਸਾਨੂੰ ਪਤਾ ਲੱਗਦਾ ਹੈ ਕਿ ਠੇਕੇ ਤੋਂ 2 ਬੰਦੇ ਚੜ੍ਹਦੇ ਨੇ ਉਸਦੀ ਰਿਕਸ਼ੇ 'ਤੇ, ਅਤੇ ਉਹ ਕਿਸੇ ਚੀਜ਼ ਦੀ ਵੀ ਸਵੇਰ ਤੱਕ ਚੀਜ਼ ਮਿਲ ਗਈ ਤਾਂ ਅਸੀਂ ਵਾਪਸ ਪਿੰਡ ਚਲੇ ਜਾਵਾਂਗੇ। ਉਹਨੂੰ ਲੱਗਦਾ ਕਿਤੇ ਸਮਗਲਰ ਨੇ ਔਰ ਪੁੱਠੇ ਕੰਮਾਂ 'ਚ ਲੱਗੇ ਨੇ, ਅਤੇ ਇਹਨਾਂ ਨਾਲ ਗੱਲ ਕਰਨ ਦਾ ਚੁੱਪ ਚੰਗਾ ਹੈ। ਇਸ ਤੋਂ ਉਹ ਉਸਨੂੰ ਉਸਦੇ ਮੰਗ ਤੋਂ ਵੱਧ 2 ਰੁਪਏ ਦੇ ਕੇ ਜਾਂਦੇ ਨੇ, ਉਹ ਖੁਸ਼ ਹੋ ਜਾਂਦਾ ਹੈ, ਅਤੇ ਉਹਨਾਂ ਦੀ ਗੱਲ ਵਿੱਚ ਕੋਈ ਇੰਟਰਫੇਅਰ ਨਹੀਂ ਕਰਨਾ, ਉਸ ਬਾਰੇ ਕੁਝ ਸੋਚਦਾ। ਫਿਰ ਉਹ ਅੱਗੇ ਰਾਤ ਫੈਲਦੀ ਜਾਂਦੀ ਹੈ, ਰਾਤ ਪਸਰੀ ਜਾਂਦੀ ਹੈ, ਧੁੰਦ ਅਤੇ ਠੰਡ ਵੱਧਦੀ ਜਾਂਦੀ ਹੈ, ਅਤੇ ਫਿਰ ਉਹ ਸਿਨੇਮੇ ਦੇ ਕੋਲ ਖੜ੍ਹੇ ਹੋ ਕੇ ਅਤੇ ਉੱਥੇ ਪਕੌੜੇ ਖਾਂਦਾ ਔਰ ਚਾਹ ਪੀਂਦਾ। ਉਸ ਤੋਂ ਬਾਅਦ ਇੱਕ ਜੋੜੀ ਉਸਦੇ ਰਿਕਸ਼ੇ ਚੜ੍ਹਦੀ ਹੈ ਜਿਹੜੀ ਕਿ ਰਾਤ ਦਾ ਸ਼ੋਅ ਵੇਖ ਕੇ ਵਾਪਸ ਆ ਰਹੀ ਹੈ। ਰਿਕਸ਼ੇ ਦਾ ਫਿਰ ਉਹ ਟੱਪ ਲਾ ਲੈਂਦਾ, ਟੱਪ ਦਾ ਮਤਲਬ ਜਿਹੜਾ ਉਸਦਾ ਹੁੱਡ ਹੈ ਨਾ ਰਿਕਸ਼ੇ ਦਾ, ਜਿਸ ਕਰਕੇ ਸਵਾਰੀਆਂ ਢੱਕੀਆਂ ਜਾਂਦੀਆਂ। ਇਸ ਟੱਪ ਕਰਕੇ ਇੱਕ ਹੋਰ ਵੀ ਗੱਲ ਕਰਦਾ ਹੈ ਕਿ ਕਈ ਲੋਕ ਉਸਨੂੰ ਟੱਪ ਲੈਣ ਦੀ ਗੱਲ ਕਰਦੇ ਵੀ ਉਹ ਆਪਣੇ ਸ਼ਰਾਰਤਾਂ ਕਰ ਸਕਣ। ਇਸ ਗੱਲ ਦਾ ਉਹਨੂੰ ਬਹੁਤ ਬੁਰਾ ਲੱਗਦਾ, ਸੋਚਦਾ ਕਿ ਮੈਂ ਬ੍ਰੇਕਾਂ ਲਾ ਕੇ ਸਵਾਰੀ ਨੂੰ ਥੱਲੇ ਡੇਗਦੇ ਹਾਂ। ਇੱਥੇ ਉਹ ਜੋ ਨਵਾਂ ਜੋੜਾ ਹੈ ਰਾਤ ਦੇ ਸਮੇਂ ਸ਼ੋਅ ਵੇਖ ਕੇ ਆ ਰਿਹਾ, ਉਸ ਲਈ ਉਹ ਰਿਕਸ਼ੇ ਦਾ ਟੱਪ ਲਾ ਲੈਂਦਾ, ਯਾਨੀ ਉਸਦਾ ਹੁੱਡ ਲਗਾ ਦਿੰਦਾ। ਅਤੇ ਠੰਡ ਹੈ ਇੱਕ ਜਗ੍ਹਾ, ਉਹ ਸਵਾਰੀਆਂ ਲਾ ਕੇ ਫਿਰ ਉੱਥੇ ਮੁੱਢ ਯਾਨੀ ਲੱਕੜ ਬਲ ਰਹੀ ਹੁੰਦੀ ਹੈ, ਉੱਥੇ ਜਾ ਕੇ ਹੱਥ ਸੇਕਦਾ। ਪਠਾਨ ਬੈਠਾ, ਪਠਾਨ ਨੂੰ ਪੁੱਛਦਾ ਵੀ ਤੇਰੇ ਵਤਨ ਵਿੱਚ ਕਿਸ ਤਰ੍ਹਾਂ ਠੰਡ ਪੈਂਦੀ ਹੈ? ਕਹਿੰਦਾ ਬਹੁਤ ਠੰਡ ਪੈਂਦੀ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਜਦੋਂ ਥੋੜ੍ਹੇ ਪੈਸੇ ਇਕੱਠੇ ਹੋ ਜਾਣਗੇ ਤਾਂ ਮੈਂ ਆਪਣੇ ਵਤਨ ਵਾਪਸ ਚਲਾ ਜਾਵਾਂਗਾ। ਅਤੇ ਫਿਰ 2 ਪਿਓ ਪੁੱਤਰ ਉਸਦੇ ਰਿਕਸ਼ੇ 'ਤੇ ਚੜ੍ਹਦੇ ਨੇ, ਦੋਨਾਂ ਦੇ ਹੱਥ 'ਚ ਬੈਗ ਹੈ, ਇੱਦਾਂ ਲੱਗਦਾ ਕਿ ਉਹ ਨੋਟਾਂ ਦਾ ਭਰਿਆ ਬੈਗ ਹੈ। ਉਹ ਵਪਾਰੀ ਪਿਓ ਪੁੱਤਰ ਨੇ, ਔਰ ਜਿਹੜਾ ਪਿਓ ਹੈ ਆਪਣੇ ਪੁੱਤਰ ਦੀ ਫਿਕਰ ਕਰਦਾ, ਔਰ ਜੋ ਪੁੱਤਰ ਆਪਣੇ ਪਿਓ ਦੀ ਫਿਕਰ ਕਰਦਾ, ਕਿਉਂਕਿ ਜਿਹੜਾ ਪਿਓ ਹੈ ਉਹ ਡਿੱਗਦਾ ਮਸਾਂ ਬੱਚਾ, ਅਤੇ ਹੁਣ ਉਹ ਕਹਿੰਦਾ ਵੀ ਗੱਡੀ ਚਲਾਉਣੀ ਠੀਕ ਨਹੀਂ ਹੈ, ਰਿਕਸ਼ੇ ਜਾਣਾ ਠੀਕ ਹੈ। ਹੁਣ ਦੋਨੋਂ ਟੈਕਸ ਬਾਰੇ ਗੱਲ ਕਰਦੇ ਹੋਏ ਦੱਸਦੇ ਆ ਕਿ ਜੋ ਸਰਕਾਰ ਹੈ ਉਹ ਵਪਾਰੀਆਂ 'ਤੇ ਵਾਧੂ ਦਾ ਸ਼ਿਕੰਜਾ ਕੱਸੀ ਜਾਂਦੀ, ਜਿਸ ਕਰਕੇ ਸਾਨੂੰ ਵਪਾਰੀ ਨੂੰ ਬੜੇ ਕਸ਼ਟ ਹੋ ਰਹੇ ਨੇ, ਮਹਿੰਗਾਈ ਵੱਧ ਗਈ ਹੈ। ਹੁਣ ਜਿੱਦਾਂ ਹੀ ਮਹਿੰਗਾਈ ਦੀ ਗੱਲ ਸੁਣਦਾ ਹੈ ਤਾਂ ਬੰਦੇ ਨੂੰ ਆਪਣਾ ਘਰ ਉਹਨੂੰ ਯਾਦ ਆਉਂਦਾ ਹੈ ਕਿ ਉਸਦੇ ਘਰ ਵਿੱਚ ਮੰਜੇ ਦੀ ਲੋੜ ਹੈ, ਘਰ ਵਿੱਚ ਮੰਜਾ ਘੱਟ ਹੈ। ਅਤੇ ਦੂਜੀ ਗੱਲ, ਘਰ 'ਚ ਰਜਾਈ ਨਹੀਂ, ਠੰਡ ਬਹੁਤ ਜ਼ਿਆਦਾ ਹੋ ਰਹੀ ਹੈ, 1 ਜਨਵਰੀ ਹੋ ਗਈ ਹੈ, ਘਰ 'ਚ ਰਜਾਈ ਦੀ ਕਮੀ ਹੈ, ਅਤੇ ਇਸ ਦੇ ਪੂਰਤੀ ਲਈ ਉਹ ਕੁਝ ਨਾ ਕੁਝ ਉਸਨੂੰ ਕਰਨਾ ਚਾਹੀਦਾ ਹੈ। ਉਸ ਤੋਂ ਬਾਅਦ ਉਸਦੇ ਰਿਕਸ਼ੇ ਵਿੱਚ ਰਾਤ ਬੀਤਦੀ ਜਾਂਦੀ ਹੈ, ਅਤੇ 2 ਸ਼ਾਇਰ ਚੜ੍ਹਦੇ ਨੇ, ਇੱਕ ਦਾ ਨਾਮ ਹੈ ਪਰਵੇਜ਼ ਹੈ, ਇੱਕ ਦਾ ਨਾਮ ਹੈ ਅਸ਼ਕ। ਉਹ ਜੇ ਦੋਵੇਂ ਜਣੇ ਉਸਦੇ ਰਿਕਸ਼ੇ 'ਚ ਬੈਠ ਕੇ ਅਤੇ ਮੁਸ਼ਾਇਰਿਆਂ ਦੀ ਗੱਲ ਕਰਦੇ, ਉਹਨਾਂ ਨੇ ਕਿਸੇ ਮੁਸ਼ਾਇਰੇ 'ਤੇ ਜਾਣਾ ਹੈ ਜਿਸ ਵਿੱਚ ਉਹਨਾਂ ਨੂੰ ਚੰਗੇ ਪੈਸੇ ਸ਼ਾਮ ਨੂੰ ਮਿਲਣ ਦੀ ਆਸ ਹੈ, ਇਸ ਕਰਕੇ ਉਹ ਗੱਲਾਂ ਕਰਦੇ ਜਾਂਦੇ ਨੇ। ਅਤੇ ਉਹ ਇਹ ਗੱਲਾਂ ਕਰਦੇ ਨੇ, ਜਿਹੜੀ ਉਰਦੂ ਜ਼ਬਾਨ ਹੈ ਹੌਲੀ ਹੌਲੀ ਖਤਮ ਹੁੰਦੀ ਜਾ ਰਹੀ ਹੈ, ਇਹ ਬਹੁਤ ਨਫਾਸਤ ਵਾਲੀ, ਬੜੀ ਬਰੀਕੀ, ਬੜੇ ਗੁਣਾਂ ਵਾਲੀ ਜਿਹੜੀ ਜ਼ਬਾਨ ਹੈ ਖਤਮ ਹੁੰਦੀ ਜਾ ਰਹੀ ਹੈ, ਔਰ ਇਸ ਨੂੰ ਜ਼ਿਆਦਾ ਲੋਕ ਅਪਣਾ ਨਹੀਂ ਰਹੇ। ਫਿਰ ਉਹ ਦੱਸਦਾ ਵੀ ਗਰੀਬੀ ਬਾਰੇ ਜੋ ਕਵਿਤਾ ਜਾਂ ਕਹਾਣੀ ਲਿਖੀ ਉਹਦੇ ਜ਼ਿਆਦਾ ਪੈਸੇ ਮਿਲਦੇ ਹੈ, ਇਸ ਕਰਕੇ ਉਹ ਦੱਸਦਾ ਵੀ ਇੱਕ ਵਾਰ ਪਹਿਲੇ ਦੀ ਗੱਲ ਹੈ ਵੀ ਗਰੀਬਾਂ ਬਾਰੇ ਕਹਾਣੀ ਲਿਖਣ ਕਰਕੇ ਇੱਕ ਲੇਖਕ ਨੂੰ ਚੰਗੇ ਪੈਸੇ ਮਿਲੇ ਸੀ। ਅਗਲਾ ਜੋ ਖਾਸ ਜੋ ਜੋੜੀ ਉਸਦੇ ਰਿਕਸ਼ੇ 'ਤੇ ਬਹਿੰਦੀ ਹੈ, ਉਹ ਇੱਕ ਪਤੀ ਪਤਨੀ ਦੀ ਜੋੜੀ ਹੈ ਜੋ ਕਿ ਇਸ ਲੇਟ ਨਾਈਟ ਪਾਰਟੀ ਵੀ ਸ਼ਾਮਿਲ ਹੋਣ, ਦੇਰ ਰਾਤ ਦੀ ਪਾਰਟੀ ਵੀ ਸ਼ਾਮਿਲ ਹੋਣ ਜਾ ਰਹੀ ਹੈ। ਔਰ ਦੇਖੋ ਮਨੁੱਖੀ ਕਦਰਾਂ ਕੀਮਤਾਂ ਕਿੱਥੇ ਤੱਕ ਢਹਿ ਢੇਰੀ ਹੋ ਗਈਆਂ ਨੇ। ਜਿਹੜਾ ਪਤੀ ਹੈ ਉਸਨੇ ਆਪਣੀ ਪ੍ਰਮੋਸ਼ਨ ਲਈ ਆਪਣੇ ਬੌਸ ਨੂੰ ਖੁਸ਼ ਕਰਨਾ ਹੈ, ਆਪਣੇ ਬੌਸ ਨੂੰ ਖੁਸ਼ ਕਰਨ ਲਈ ਉਹ ਆਪਣੀ ਪਤਨੀ ਨੂੰ ਪੇਸ਼ ਕਰ ਰਿਹਾ ਹੈ।
ਹੁਣ ਉਹ ਪਤੀ ਪਤਨੀ ਹਾਸੇ ਮਖੌਲ 'ਚ ਗੱਲਾਂ ਕਰਦੇ ਉਸ ਰਿਕਸ਼ੇ 'ਤੇ ਬੈਠੇ ਹੈ, ਜਿਸ ਨੂੰ ਸੁਣ ਕੇ ਬੰਤੇ ਨੂੰ ਬੜਾ ਗੁੱਸਾ ਆਉਂਦਾ। ਜਦੋਂ ਪਤੀ ਪਤਨੀ ਕਹਿੰਦੀ ਹੈ ਨਾ ਕਿ ਜਦੋਂ ਅਸੀਂ ਮੈਂ ਤੇਰੇ ਬੌਸ ਨਾਲ ਡਾਂਸ ਕਰਦੀ ਹਾਂ ਤਾਂ ਮੇਰੀ ਪਿੱਠ 'ਤੇ ਹੱਥ ਫੇਰਦਾ ਨਾ ਅਤੇ ਮੇਰਾ ਹਾਸਾ ਹੀ ਨਹੀਂ ਰੁਕਦਾ। ਉਹ ਕਹਿੰਦੇ ਨਹੀਂ ਤੂੰ ਹੱਸਿਆ ਨਾ ਕਰ, ਅਤੇ ਉਹ ਕਹਿੰਦੀ ਹੈ ਮਿਹਣਾ ਮਾਰਦੀ ਤੂੰ ਮੈਨੂੰ ਹੀਰੇ ਦਾ ਹਾਰ ਨਹੀਂ ਲੈ ਕੇ ਦਿੱਤਾ, ਕਹਿੰਦਾ ਮੇਰੀ ਪ੍ਰਮੋਸ਼ਨ ਹੋਈ ਤੈਨੂੰ ਹੀਰਿਆਂ ਦਾ ਹਾਰ ਲੈ ਕੇ ਦਿਆਂਗਾ। ਇਹ ਗੱਲ ਸੁਣਦਾ ਵੀ ਇੰਨੀ ਬੇਸ਼ਰਮੀ ਦੀ ਹੱਦ ਹੋ ਗਈ ਹੈ, ਬਈ ਬੰਦਾ ਆਪਣੀ ਪ੍ਰਮੋਸ਼ਨ ਵਾਸਤੇ ਆਪਣੀ ਇਸਤਰੀ ਨੂੰ ਇਸਤੇਮਾਲ ਕਰ ਰਿਹਾ, ਇਸ ਗੱਲ 'ਤੇ ਬੜਾ ਅਫਸੋਸ ਜ਼ਾਹਰ ਕਰਦਾ ਹੈ ਉਹ ਜਿਹੜਾ ਬੰਤਾ ਹੈ। ਉਸ ਤੋਂ ਬਾਅਦ ਸਾਨੂੰ ਪਤਾ ਲੱਗਦਾ ਹੈ ਕਿ ਉਹ ਇੱਕ ਵਾਰ ਦੀ ਗੱਲ ਯਾਦ ਕਰਦਾ ਹੈ ਕਿ ਉਸਦੀ ਕਾਰ ਨਾਲ ਟੱਕਰ ਹੋ ਗਈ ਸੀ, ਉਹ ਬੇਹੋਸ਼ ਪਿਆ ਰਿਹਾ, ਰਾਤੀ ਉਸਨੂੰ ਕੋਈ ਚੁੱਕ ਕੇ ਹਸਪਤਾਲ ਰਹਿ ਗਿਆ, ਜਿਹੜੀ ਤਾਰੋ ਸੀ ਸਾਰੀ ਰਾਤ ਉਸਦੀ ਉਡੀਕ ਕਰਦੀ ਰਹੀ, ਬੱਚੇ ਰੋਂਦੇ ਰਹੇ ਅਤੇ ਆਖਰ ਨੂੰ ਉਹ ਫਿਰ ਉਸਨੂੰ ਵਾਪਸ ਆਪਣੇ ਘਰ ਲੈ ਕੇ ਆਈ ਅਤੇ ਉਹ ਕਹਿੰਦੀ ਵੀ ਧਿਆਨ ਨਾਲ ਚੱਲਿਆ ਕਰੇ। ਉਸ ਤੋਂ ਬਾਅਦ ਇੱਕ ਹੋਰ ਗੱਲ ਹੈ ਵੀ ਇੱਕ ਵਾਰ ਹਸਪਤਾਲ 'ਚ ਉਹ ਕਿਸੇ ਸਵਾਰੀ ਨੂੰ ਲੈ ਕੇ ਗਿਆ, ਕੁਝ ਬੰਦੇ ਇੱਕ ਜਨਾਨੀ ਨੂੰ ਲੈ ਕੇ ਆਏ ਸਨ, ਉਹ ਜਨਾਨੀ ਦਾ ਵੱਡਾ ਪਰੇਸ਼ਾਨੀ ਬੱਚਾ ਹੋਣ ਵਾਲਾ ਸੀ ਅਤੇ ਉਸ ਸਮੇਂ ਡਾਕਟਰ ਨੂੰ ਖੂਨ ਦੀ ਲੋੜ ਪਈ, ਬਾਹਰੋਂ ਰਿਕਸ਼ੇ ਵਾਲੇ ਫੜ ਉਹ ਕਹਿੰਦੇ ਵੀ ਪੈਸੇ ਲੈ ਲਓ ਖੂਨ ਨਹੀਂ ਅਸੀਂ ਦੇ ਸਕਦੇ, ਬਾਹਰੋਂ ਰਿਕਸ਼ੇ ਵਾਲੇ ਨੂੰ ਫੜਿਆ ਗਿਆ, ਉਹਨਾਂ ਸਭ ਨੇ 100-100 ਰੁਪਏ ਲਏ ਖੂਨ ਦੇਣ ਦੇ, ਪਰ ਬੰਤੇ ਨੇ ਚੰਗਾ ਇਨਸਾਨ ਹੋਣ ਦੇ ਨਾਤੇ 100 ਰੁਪਏ ਨਹੀਂ ਫੜੇ। ਉਸਨੇ ਉਹ ਮੁੰਡਾ ਹੋ ਗਿਆ, ਵਧਾਈਆਂ ਸ਼ੁਰੂ ਹੋ ਗਈਆਂ, ਪਰ ਬੰਤੇ ਨੂੰ ਕਿਸੇ ਨੇ ਪੁੱਛਿਆ ਵੀ ਨਹੀਂ। ਫਿਰ ਉਹਨੂੰ ਚੱਕਰ ਆਇਆ, ਉਹ ਆ ਕੇ ਰਿਕਸ਼ੇ 'ਚ ਬੈਠ ਗਿਆ, ਘਰ ਆ ਕੇ ਜੋ ਦੱਸਿਆ ਅਤੇ ਉਹਦੀ ਤਾਰੋ ਨੇ ਫਿਕਰ ਕੀਤਾ ਅਤੇ ਇਹ ਵੀ ਦੱਸਿਆ ਵੀ ਜਿਹੜੇ ਵੱਡੇ ਲੋਕ ਨੇ ਪੈਸੇ ਨਹੀਂ ਦਿੱਤੇ, ਖੂਨ ਵੀ ਕਢਾ ਲਿਆ ਅਤੇ ਹੁਣ ਤੂੰ ਇਸ ਤਰ੍ਹਾਂ ਨਾ ਕਰੀ। ਇਸ ਤਰ੍ਹਾਂ ਜਿਹੜੀ ਹੈ ਨਾ ਤਾਰੋ ਉਸ ਨਾਲ ਹਮਦਰਦੀ ਦਿਖਾਉਂਦੀ ਹੈ। ਉਸ ਤੋਂ ਬਾਅਦ ਉਸਦੇ ਜਿਹੜੇ ਨਾ ਉਹ ਰਿਕਸ਼ੇ ਵਿੱਚ ਇੱਕ ਸ਼ਰਾਬੀ ਇੰਸਪੈਕਟਰ ਚੜ੍ਹਦਾ ਹੈ, ਹੱਥ 'ਚ ਸ਼ਰਾਬ ਹੈ, 11 ਵੱਜ ਚੁੱਕੇ ਨੇ, ਔਰ ਜੋ ਸ਼ਰਾਬੀ ਹੈ ਉਹ ਉਸਨੂੰ ਕਹਿੰਦਾ ਕਿਤੇ ਵੀ ਚੱਲ, ਕਹਿੰਦੇ ਕਿੱਥੇ ਜਾਣਾ, ਉਹਨੂੰ ਡਾਂਟਦਾ ਹੈ ਕਿਤੇ ਵੀ ਚੱਲ, ਇੱਥੇ ਨਹੀਂ ਜਾਣਾ ਇੱਥੇ ਚੱਲ, ਯਾਨੀ ਉਸ ਸ਼ਰਾਬੀ ਇੰਸਪੈਕਟਰ ਨੂੰ ਇਹ ਨਹੀਂ ਪਤਾ ਵੀ ਜਾਣਾ ਕਿੱਥੇ ਹੈ, ਪਰ ਉਹ ਬੰਤੇ ਨੂੰ ਧੱਕੋ ਜ਼ੋਰੀ ਨਾਲ ਸ਼ਰਾਬ ਦਾ ਘੁੱਟ ਪਿਆ ਦਿੰਦਾ, ਜਿਸ ਨੂੰ ਪੀ ਕੇ ਬੰਤਾ ਬੜੇ ਖੁਸ਼ ਹੋ ਜਾਂਦਾ, ਬੜੇ ਆਰਾਮ ਵਿੱਚ ਆ ਜਾਂਦਾ। ਫਿਰ 11 ਵਜੇ ਆਪਣੇ ਘਰ ਪਹੁੰਚ ਜਾਂਦਾ, 11 ਵਜੇ ਘਰ ਪਹੁੰਚਦਾ ਅਤੇ ਉਹ ਤਾਰੋ ਉਸਨੂੰ ਰੋਟੀ ਦਿੰਦੀ ਹੈ, ਉਹ ਤਾਰੋ ਨਾਲ ਬੈਠਦਾ, ਗੱਲਾਂ ਕਰਦਾ, ਨਵਾਂ ਸਾਲ ਚੜ੍ਹਿਆ। ਉਹ ਕਹਿੰਦਾ ਨਵਾਂ ਸਾਲ ਇਹ ਹੁੰਦਾ ਵੀ ਲੋਕ ਮੌਜਾਂ ਕਰਦੇ ਹੈ, ਲੋਕ ਖਾਣੇ ਖਾਂਦੇ ਹੈ, ਲੋਕ ਮੱਛੀ ਖਾਂਦੇ ਹੈ, ਲੋਕ ਸ਼ਰਾਬ ਪੀਂਦੇ ਹੈ, ਲੋਕ ਹੀਰਿਆਂ ਦੇ ਹਾਰ ਲੈਂਦੇ ਹੈ, ਅਤੇ ਉਸ ਤੋਂ ਬਾਅਦ ਇਹ ਜਿਹੜਾ ਨਾ ਔਰ ਜੋ ਤਾਰੋ ਹੈ ਕਿਸੇ ਮਾਸਟਰਨੀ ਦੇ ਘਰ ਕੰਮ ਕਰਦੀ ਹੈ, ਔਰ ਮਾਸਟਰਨੀ ਆਪ ਟਿਊਸ਼ਨਾਂ ਪੜ੍ਹਾ ਕੇ ਗੁਜ਼ਾਰਾ ਕਰਦੀ ਹੈ, ਤਾਰੋ ਦੀ ਸਿਹਤ ਠੀਕ ਨਹੀਂ ਰਹਿੰਦੀ। ਹੁਣ ਉਹ ਤਾਰੋ ਨੂੰ ਕਹਿੰਦਾ ਕਿ ਤੂੰ ਆਪਣੀ ਉਹ ਮਾਸਟਰਨੀ ਦੇ ਘਰ ਨੌਕਰੀ ਕਰਨੀ ਛੱਡ ਦੇ, ਪਰ ਉਹ ਨਹੀਂ ਛੱਡ ਸਕਦੀ ਆਪਣੇ ਬੱਚਿਆਂ ਦੀ ਖਾਤਰ, ਆਪਣੀ ਧੀਆਂ ਦੀ ਖਾਤਰ। ਹੁਣ ਜਿਹੜੀ ਤਾਰੋ ਹੈ ਉਹ ਬਿਮਾਰ ਰਹਿੰਦੀ ਹੈ, ਕੁੜੀਆਂ ਦੀ ਸਿਹਤ ਦੀ ਚਿੰਤਾ ਹੈ, ਅਤੇ ਉਹ ਤਾਰੋ ਨੂੰ ਕਹਿੰਦੇ ਚਲੋ ਕੋਈ ਨਵੀਂ ਗੱਲ ਕਰਦੇ ਹਾਂ। ਉਹ ਕਹਿੰਦੇ ਨਹੀਂ, ਮੇਰੇ ਲਈ ਤਾਂ ਸਾਲ ਉਹੀ ਹੈ, ਸਿਰਫ ਸਾਲ ਚੇਂਜ ਹੋਇਆ, ਪਰ ਸਾਨੂੰ ਨਵੇਂ ਸਾਲ ਨਾਲ ਕੀ ਲੈਣਾ ਹੈ। ਅਤੇ ਉਹ ਫਿਰ ਆਪਣੇ ਪਤਨੀ ਦੀਆਂ ਗੱਲਾਂ ਤੋਂ ਬੜਾ ਉਦਾਸ ਚੁੱਪ ਹੋ ਜਾਂਦਾ, ਤਾਰੋ ਸੌਂ ਜਾਂਦੀ ਹੈ ਅਤੇ ਉਸ ਨੂੰ ਗੱਲ ਨਹੀਂ ਕਰਦੀ। ਉਹਨੂੰ ਸਵੇਰ ਦੀ ਚਿੰਤਾ ਪੈ ਜਾਂਦੀ ਹੈ ਕਿ ਮੈਂ ਸਵੇਰੇ 6 ਵਜੇ ਉੱਠ ਕੇ ਕਾਲਕਾ ਮੇਲ ਦੀਆਂ ਸਵਾਰੀਆਂ ਫੜਨੀਆਂ ਨੇ, ਇਸ ਤਰ੍ਹਾਂ ਨਾਟਕ ਖਤਮ ਹੋ ਜਾਂਦਾ। ਇਹ ਸਾਰੀ ਗੱਲਬਾਤ ਤੋਂ ਇਹ ਸਿੱਟਾ ਨਿਕਲਦਾ ਕਿ ਇੱਕ ਹੋਰ ਨਵਾਂ ਸਾਲ ਯਾਨੀ ਉਹ 1 ਜਨਵਰੀ ਦਾ ਦਿਨ ਹੈ ਜੋ ਪੂਰੀ ਦੁਨੀਆ ਲਈ ਸ਼ਾਇਦ ਬਹੁਤ ਮੌਜ ਮਸਤੀ ਵਾਲਾ, ਖਾਣ ਪੀਣ ਵਾਲਾ ਔਰ ਤਫਰੀ ਮਾਰਨ ਵਾਲਾ ਦਿਨ ਹੈ। ਉਸ ਦਿਨ ਇੱਕ ਗਰੀਬ ਬੰਦੇ ਦੀ ਜ਼ਿੰਦਗੀ 'ਚ ਕੋਈ ਫਰਕ ਨਹੀਂ ਪੈਂਦਾ, ਉਹ ਰਿਕਸ਼ਾ ਚਲਾਉਣਾ ਸ਼ੁਰੂ ਕਰਦਾ, ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਇੱਕੋ ਕੰਮ ਕਰਦਾ, ਜ਼ਿੰਦਗੀ 'ਚ ਥੋੜ੍ਹੇ ਜਿਹੇ ਪੈਸੇ ਆਉਂਦਾ ਪਰ ਜ਼ਿੰਦਗੀ ਦੇ ਦੁੱਖ ਉਸੇ ਤਰ੍ਹਾਂ ਰਹਿੰਦੇ ਹੈ। ਜ਼ਿੰਦਗੀ ਵਿੱਤੀਆਂ ਮੁਸੀਬਤਾਂ, ਕਸ਼ਟਾਂ, ਝਗੜਿਆਂ, ਝਮੇਲਿਆਂ ਤੋਂ ਕੋਈ ਬਦਲਾਵ ਨਹੀਂ ਹੁੰਦਾ, ਇੱਕ ਹੋਰ ਨਵਾਂ ਸਾਲ ਚੜ੍ਹਦਾ, ਇਸ ਤਰ੍ਹਾਂ ਬਤੀਤ ਹੋ ਜਾਣਾ। ਇਹ ਹੈ ਨਿਰੰਜਨ ਤਸਨੀਮ ਦੀਆਂ ਇੱਕ ਲਿਖੀਆਂ ਹੋਈਆਂ ਕਿਰਤਾਂ ਵਿੱਚੋਂ ਇੱਕ ਨਾਵਲ। ਮੈਨੂੰ ਆਸ ਹੈ ਇਹ ਨਾਵਲ ਤੁਹਾਨੂੰ ਜ਼ਰੂਰ ਸਮਝ ਆ ਗਿਆ ਹੋਵੇਗਾ। ਵੈਸੇ ਇਸ ਵਿੱਚ ਇੰਨੀਆਂ ਸਾਰੀਆਂ ਘਟਨਾਵਾਂ ਨੇ ਇਸ ਨਾਵਲ ਵਿੱਚ ਵੀ ਬੱਚੇ ਜਿਹੜੇ ਦਰਸ਼ਕ ਨੇ ਜਾਂ ਬੱਚੇ ਜਿਹੜੇ ਨੇ ਉਹ ਬੜੇ ਭੰਬਲ ਭੂਸੇ 'ਚ ਆ ਜਾਣਗੇ ਵੀ ਇਹ ਕਿਹੜੀਆਂ ਘਟਨਾਵਾਂ ਨੂੰ ਲਿਖਾਂ, ਕਿਹੜੀਆਂ ਨੂੰ ਛੱਡਾਂ, ਕਿਹੜੀਆਂ ਨੂੰ ਯਾਦ ਕਰਾਂ, ਕਿਹੜੀਆਂ ਨੂੰ ਭੁੱਲ ਜਾਵਾਂ। ਇਸ ਗੱਲ ਬਾਰੇ ਇਸ ਵੀਡੀਓ ਨੂੰ ਦੁਬਾਰਾ ਦੇਖਣਾ, ਇਹ ਕਥਾਨਕ ਦੀ ਵੀਡੀਓ ਹੈ, ਪੂਰੀ ਸਟੋਰੀ ਦੀ ਵੀਡੀਓ ਹੈ। ਇਸ ਤੋਂ ਬਾਅਦ ਦੀ ਵੀਡੀਓ ਵਿੱਚ ਅਸੀਂ ਸਾਰੇ ਪਾਤਰਾਂ ਦੇ ਪਾਤਰ ਚਿਤਰਨ ਕਰਾਂਗੇ। ਇਸ ਸਮੇਂ ਇਜਾਜ਼ਤ ਦਿਓ, ਕਿਸੇ ਪ੍ਰਕਾਰ ਦੀ ਕੋਈ ਗੱਲ ਪੁੱਛਣੀ ਕਮੈਂਟ ਬਾਕਸ ਜ਼ਰੂਰ ਸ਼ੇਅਰ ਕਰੋ, ਔਰ ਇਸੇ ਪ੍ਰਕਾਰ ਅਸੀਸ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਵੀਆਂ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਬੈੱਲ ਆਈਕੋਨ ਦੇ ਬਟਨ ਨੂੰ ਦਬਾਓ। ਜੇਕਰ ਇਹ ਵੀਡੀਓ ਆਪ ਨੂੰ ਪਸੰਦ ਆਏ ਤਾਂ ਲਾਈਕ ਕਰੋ ਅਤੇ ਇਸ ਵੀਡੀਓ ਨੂੰ ਹੋਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ।